ਸਾਸ੍ਰੀਕਾਲ ਪੰਜਾਬ ਮੇਲ ਯੂਐਸਏ ਟੀਵੀ ਦੇ ਵਿੱਚ ਸਵਾਗਤ ਪੰਜਾਬ ਫੋਕਸ ਲੈ ਕੇ ਹਾਜ਼ਰ ਮੈਂ ਸੰਜੀਵ ਯਸ਼ ਖੰਨਾ ਮੇਰੇ ਨਾਲ ਬਲਕਾਰ ਸਿੰਘ ਹਾਂਜੀ ਜਿਸ ਤਰ੍ਹਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਮਸਲੇ ਲੈਣੇ ਆ ਜਿਹੜੇ ਬਿਲਕੁਲ ਭਕੇ ਹੁੰਦੇ ਆ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਉਹ ਮਸਲਾ ਛੇੜੋਗੇ ਜਿਹੜਾ ਸਾਡੇ ਦਰਸ਼ਕਾਂ ਦੀ ਨਜ਼ਰ ਕਰੀਏ ਜਿਹੜਾ ਇਸ ਵੇਲੇ ਲੰਮਕਾ ਵੀ ਅਦਾ ਔਰ ਕਿਸੇ ਸਿੱਟੀ ਤੇ ਪਹੁੰਚਿਆ ਵੀ ਨਹੀਂਗਾ ਔਰ ਉਸ ਮਸਲੇ ਨੂੰ ਅਸੀਂ ਉਹਨਾਂ ਨੂੰ ਵਿਸਤਾਰ ਪੂਰਵਕ ਜਾਣੀ ਦਵਾਂ ਬਿਲਕੁਲ ਜੀ ਕੈਨੇਡਾ ਤੇ ਭਾਰਤ ਦੇ ਸਬੰਧ ਇਹ ਥੋੜੇ ਵਿਗੜੇ ਹੋਏ ਨੇ ਇਸ ਵਕਤ ਕੂਲ ਨਹੀਂ ਹੈਗੇ ਜਿੰਨੂੰ ਆਪਾਂ ਕਹਿੰਦੇ ਚਿੱਲ ਉਹ ਨਹੀਂ ਹੈਗੇ ਕਿਉਂਕਿ ਕਾਫੀ ਦੇਰ ਤੋਂ ਕੁਝ ਨਾ ਕੁਝ ਵਿਵਾਦ ਚੱਲਦੇ ਰਹੇ ਨੇ ਔਰ ਡਿਪਲੋਮੈਟਸ ਦਾ ਵੀ ਲੈਣਾ ਵਾਪਸ ਔਰ ਇਹ ਸਭ ਚਲੋ ਇਹ ਤਾਂ ਸਭ ਫੋਰਨ ਪੋਲਿਸੀ ਆ ਆਪਾਂ ਸਿੱਧੀ ਸਾਦੀ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਗੱਲ ਹੈ ਉਹ ਇਹ ਹੈ ਕਿ ਕੈਨੇਡਾ ਜਾਂਦੇ ਨੇ ਸਾਡੇ ਇੱਥੋਂ ਨੌਜਵਾਨ ਉੱਥੇ ਕੰਮ ਕਰਦੇ ਨੇ ਸਟੱਡੀ ਵਾਸਤੇ ਵੀ ਜਾਂਦੇ ਨੇ ਮੋਸਟਲੀ ਵਰਕ ਪਰਮਿਟ ਕੰਮ ਦੇ ਵਾਸਤੇ ਹੀ ਜਾਂਦੇ ਨੇ ਸਤੰਬਰ ਤੋਂ ਹਫ਼ਤੇ ਵਿੱਚ ਹੁਣ 24 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ ਔਰ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਮਿਲੇਗੀ ਕਿਉਂਕਿ ਭਾਰਤ ਤੋਂ ਮਾਤਾ ਪਿਤਾ ਉਹਨਾਂ ਨੂੰ ਕਿਸੇ ਤਰ੍ਹਾਂ ਭੇਜਤਾ ਦਿੰਦੇ ਨੇ ਪਰ ਖਰਚੇ ਉੱਥੋਂ ਦੇ ਚਲੋ ਉੱਥੇ ਜਾ ਕੇ ਕੰਮ ਕਰਦੇ ਨੇ ਤਾਂ ਉੱਥੇ ਜਾ ਕੇ ਹੁਣ ਕੰਮ ਕਰਨ ਦੇ ਵਿੱਚ ਕਾਫੀ ਖੁੱਲ ਹੈ ਤੇ ਕਾਫੀ ਉਹਨਾਂ ਨੂੰ ਸਹਾਇਤਾ ਮਿਲੇਗੀ ਆਪਣਾ ਪੈਸਾ ਕਮਾਉਣ ਦੇ ਵਿੱਚ ਨਹੀਂ ਅਸਲ ਵਿੱਚ ਬਹੁਤ ਜਿਹੜਾ ਤੁਸੀਂ ਦੱਸਿਆ ਤਾਲੁਕਾਤ ਵਿਗੜਨ ਕਰਕੇ ਵੀ ਇਹਨਾਂ ਨੇ ਬੜੀਆਂ ਸ਼ਕਤੀਆਂ ਔਰ ਬੜੀਆਂ ਜੜੀਆਂ ਪਾਬੰਦੀਆਂ ਲਾਤੀਆਂ ਉਹਨਾਂ ਪਾਬੰਦੀਆਂ ਦੇ ਦੌਰਾਨ ਇਸ ਵੇਲੇ ਇੱਕ ਤਾਂ ਐਮਬੈਸੀ ਨੇ ਜਿਹੜੀ ਫੀਸ ਹਨ ਵੀਜ਼ਾ ਫੀਸ ਉਹ ਵਧਾਤੀ ਆ ਸਾਰੀ ਤਰ੍ਹਾਂ ਦੀ ਜਿਹੜੀ ਵੀਜ਼ਾ ਫੀਸ ਸੀ ਟੂਰਿਸਟ ਵੀਜ਼ਾ ਸੀਗਾ ਜਿਹੜਾ ਸੀ ਉੱਤੇ ਪੀਆਰ ਲੈਂਡ ਦਾ ਜਾਂ ਬਾਕੀ ਜੋ ਸੀਗਾ ਉਹ ਸਾਰਾ ਕੁਝ ਇਸ ਵੇਲੇ ਫੀਸਾਂ ਬਦਾਤੀਆਂ ਤੇ ਜਿਹੜਾ ਜਿਹੜਾ ਹੈਗਾ ਨਵੰਬਰ ਦੇ ਵਿੱਚ ਜਿਹੜਾ ਇਹਨਾਂ ਨੇ ਹੁਣ ਇੱਕ ਸੈਸ਼ਨ ਆਉਣਾ ਸੀ ਸਟਡੀ ਐਂਡ ਸਟੱਡੀਆਂ ਦਾ ਉਹਦੇ ਚ ਇਹਨਾਂ ਨੇ ਕਹਿੰਦਾ ਕਿ ਹੁਣ ਨਾਲ ਹੁਣ ਅੱਜ ਪਹਿਲੀ ਅਪ੍ਰੈਲ ਤੋਂ ਬਾਅਦ ਜਿਹੜਾ ਤੀ ਤੱਕ ਇਹਨਾਂ ਨੇ ਬੰਦ ਕਰ ਦਿੱਤਾ ਕਿ ਜਿਹੜਾ 24 ਘੰਟੇ ਉਹਨਾਂ ਨੂੰ ਮਿਲਦਾ ਸੀਗਾ ਪਰ ਡੇ ਉਹਨਾਂ ਦਾ ਕੰਮ ਕਰਨ ਦਾ ਉਹਨੂੰ ਘਟਾ ਕੇ ਇਹਨਾਂ ਨੇ ਵੀਕਐਂਡ ਤੇ ਕਰ ਦਿੱਤਾ ਅੱਗੇ ਤਾਂ 5 ਦਿਨ ਸਾਰੇ ਆਫਟਰ ਸਟੱਡੀ ਕੰਮ ਕਰ ਸਕਦੇ ਸੀ ਹੁਣ ਇਹਨਾਂ ਨੇ ਉਹਨੂੰ ਕਰ ਦਿੱਤਾ ਕਿ ਜਿਹੜਾ ਵੀਕਐਂਡ ਤੇ ਕੰਮ ਕਰਨਗੇ 2 ਦਿਨ ਦੇ ਉਹਦੇ ਵਿੱਚ ਜਿਹੜਾ ਵੀ ਹੈਗਾ ਉਹਦੇ ਚ ਉਹਨਾਂ ਨੂੰ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਪਾ ਲਾ ਕੇ ਜਿਹੜੇ ਪਰ ਆਵਰਸ ਡਾਲਰ ਵੀ ਘੱਟ ਮਿਲਦੇ ਆ ਜਿਹੜੇ ਪੀਆ ਉਹਨਾਂ ਨੂੰ ਪੀਆ ਆ ਨਾ ਉਹਨਾਂ ਨੂੰ ਜ਼ਿਆਦਾ ਮਿਲਦਾ ਜਾਂ ਜਿਹੜੇ ਵਰਕ ਪਰਮੈਂਟ ਤੇ ਉਹਨਾਂ ਨੂੰ ਜ਼ਿਆਦਾ ਫਿਕਸ ਮਿਲਦੇ ਆ ਪਰ ਆਵਰਜ਼ ਇਹਨਾਂ ਵਿਚਾਰਿਆਂ ਨੂੰ ਪੈਸੇ ਵੀ ਘੱਟ ਮਿਲਦੇ ਆ ਤੇ ਜਿਹੜੀ ਜਿਹੜੀ ਹੈਗੀ ਉੱਥੇ ਰਹਿਣ ਲਈ ਜਿਹੜੀ ਜਗ੍ਹਾ ਬਹੁਤ ਘੱਟ ਜਿਹੜੇ ਵਿਚਾਰੇ ਬੱਚੇ ਬੇਸਮੈਂਟ ਤੇ ਵਿਚਾਰੇ ਗੁਜ਼ਾਰਾ ਕਰਦੇ ਆ ਰਲ ਕੇ ਇਕੱਠੇ ਲੈ ਲੈਂਦੇ ਆ ਫਿਰ ਉਹਦੇ ਵਿੱਚ ਉਹ ਰਾਤਾਂ কাটਦੇ ਆ ਔਰ ਇਹ ਮਿਲਰ ਮਿਸਟਰ ਮਿਲਰ ਇਹਨਾਂ ਨੇ ਕਹਿਤਾ ਕਿ ਐਸਲ ਇਹ ਇਹ ਮੰਤਰੀ ਨੇ ਇਮੀਗ੍ਰੇਸ਼ਨ ਦੇ ਇਹਨਾਂ ਨੇ ਕਹਿੰਦਾ ਕਿ ਪ੍ਰੋਬਲਮ ਆ ਰਹੀ ਸਾਨੂੰ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਕੰਮ ਘੱਟ ਮਿਲਦਾ ਜਿਹੜੇ ਮੂਲ ਨਿਵਾਸੀ ਉਹਨਾਂ ਨੇ ਵਿਰੋਧਤਾ ਕੀਤੀ ਸੀ ਕਿ ਜਿੰਨੇ ਲੋਕ ਆ ਗਏ ਆ ਇੱਕ ਫਲਸਤੀਨ ਦੇ ਲੋਕ ਵੀ ਉਹਨਾਂ ਨੇ ਉੱਥੇ ਵਾੜ ਲਏ ਜਿਹੜੇ ਸ਼ਰਨਾਰਥੀ ਆ ਉਹਨਾਂ ਨੂੰ ਵੀ ਉੱਥੇ ਮੁਸਲਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹਨਾਂ ਸ਼ਰਨਾਰਥੀਆਂ ਨੂੰ ਵੀ ਬਹੁਤ ਜ਼ਿਆਦਾ ਸਹਾਇਤਾ ਦੇ ਰਹੇ ਆ ਇਹਦਾ ਨੁਕਸਾਨ ਹੋ ਰਿਹਾ ਸਾਡੇ ਸਟੂਡੈਂਟਸ ਜਿਹੜੇ ਸਟੱਡੀ ਵੀਜ਼ਾ ਲੈ ਰਹੇ ਆ ਉੱਥੋਂ ਦੇ ਲੋਕ ਆ ਗਏ ਆ ਔਰ ਜਿਸ ਤਰ੍ਹਾਂ ਸੀ ਨਾਗਰਿਕਤਾ ਦਿੱਤੀ ਬਹੁਤ ਜਿਹੜੇ ਸ਼ਰਨਾਰਥੀ ਆ ਗਏ ਸੀਗੇ ਉਹਨਾਂ ਸਾਰਿਆਂ ਨੂੰ ਇੱਥੇ ਬਿਠਾ ਕੇ ਔਰ ਜਿਹੜੇ ਮੂਲ ਨਿਵਾਸੀ ਨੇ ਇੱਥੋਂ ਦੇ ਉਹਨਾਂ ਨੂੰ ਕੰਮ ਦੀ ਜਿਹੜੀ ਘਾਟ ਹੋ ਗਈ ਆ ਇੰਡੀਆ 'ਚ ਵੀ ਕੈਨੇਡਾ 'ਚ ਵੀ ਲੋਕ ਤਵਾਰੋਂ ਆ ਗਏ ਸਨ ਆਰਤੀ ਉਹ ਕੰਮ ਜ਼ਿਆਦਾ ਕਰਦੇ ਆ ਜਿਸ ਤਰ੍ਹਾਂ ਪੰਜਾਬ ਵਿੱਚ ਬਾਹਰ ਦੇ ਸੂਬੇ ਜਾ ਕੇ ਕੰਮ ਕਰਦੇ ਆ ਨਾ ਜਿਹੜੇ ਇੱਥੋਂ ਦੇ ਲੋਕਲ ਕੰਮ ਕਰਨ ਵਾਲੇ ਉਹ ਸਾਰੇ ਬੜੀ ਮੁਸ਼ਕਲ ਤੋਂ ਬਾਹਰ ਆਉਂਦੇ ਆ ਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ ਔਰ ਦਿਹਾੜੀ ਵੀ ਪੂਰੀ ਨਹੀਂ ਮਿਲਦੀ ਕਿਉਂਕਿ ਉਹ ਕੱਟ ਦਿਹਾੜੀ ਤੋਂ ਵੀ ਚੱਲ ਜਾਂਦੇ ਆ ਸੈਨੀਟਰੀ ਦਾ ਕੰਮ ਵੀ ਆ ਬਿਲਡਿੰਗ ਦਾ ਕੰਮ ਵੀ ਹੈਗਾ ਉਦੋਂ ਵਿੱਚ ਜਿਹੜਾ ਫਲੋਰਿੰਗ ਦਾ ਕੰਮ ਹੈਗਾ ਮਾਰਬਲ ਦਾ ਕੰਮ ਜਿਹੜਾ ਸਾਰਾ ਕੁਝ ਉਹ ਬਾਹਰੇ ਲੋਕ ਕਰਦੇ ਆ ਸੈਨੀਟਰੀ ਦਾ ਮਾਰਥਨ ਬਣਾਉਣ ਦਾ ਔਰ ਇਹੀ ਤਰਜ ਤੇ ਇਹੀ ਜਿਹੜੀ ਸਾਰੀ ਕਨਸੈਪਟ ਆ ਉਹ ਉੱਥੇ ਹੋ ਗਿਆ ਕੈਨੇਡਾ ਚ ਵੀ ਐਕਚੁਅਲੀ ਕੈਨੇਡਾ ਜੇ ਬਹੁਤ ਵੱਡਾ ਦੇਸ਼ ਆ ਉਹਨਾਂ ਨੇ ਨਿਰਦੇਸ਼ਨ ਦਿੱਤਾ ਲੋਕਾਂ ਨੂੰ ਕਿ ਤੁਸੀਂ ਦੇ ਆ ਕੇ ਵੱਤ ਵਤ ਸਕਦੇ ਜੇ ਪਰ ਪ੍ਰੋਬਲਮ ਆ ਗਈ ਕਿ ਜਿਹੜਾ ਪਲੱਸ 2 ਤੋਂ ਬਾਅਦ ਬੱਚੇ ਬਹੁਤ ਜਾਣਾ ਸ਼ੁਰੂ ਹੋ ਗਏ ਸੀ ਉਦੋਂ ਬਾਅਦ ਜਿਹੜੀਆਂ ਉਹਨਾਂ ਨੂੰ ਆਫਰ ਲੈਟਰ ਆ ਜਾਂਦੀ ਸੀ ਜਿਹੜੇ ਸੋ ਕਾਲਡ ਉਥੇ ਇੰਸਟੀਟਿਊਸ਼ਨਸ ਦੀ ਐਜੂਕੇਸ਼ਨ ਉਹ ਉਹ ਦੁਬਾਰਾ ਜਦੋਂ ਵੀਜ਼ਾ ਨਹੀਂ ਸੀ ਲੱਗਦਾ ਪੈਸੇ ਪਹਿਲਾਂ ਬਟੌਰ ਲੈਂਦੇ ਸੀ ਆਫਰ ਲੈਟਰ ਦੇ ਵੀ ਫਿਰ ਜਦੋਂ ਵੀਜ਼ਾ ਲੱਗਣ ਤੋਂ ਪਹਿਲਾਂ ਜਿਹੜੀ ਐਮਬੈਸੀ ਨੂੰ ਫੀਸ ਦੇ ਦੇਣੀ ਪੈਂਦੀ ਸੀ ਔਰ ਉਹਦੇ ਬਾਅਦ ਵੀਜ਼ਾ ਤੇ ਕੈਨਸਲ ਹੋ ਗਿਆ ਰਿਫਿਊਜ਼ਲ ਹੋ ਗਿਆ ਫਿਰ ਉਹਨਾਂ ਨੂੰ ਪੈਸੇ ਵਾਪਸ ਜਦੋਂ ਮੁੜਦੇ ਸੀ ਉਹ ਬੜੇ ਔਖੇ ਤਰੀਕਾ ਨਾਲ ਮੁੜਦੇ ਸੀ ਹੁਣ ਆਹ ਜਿਹੜਾ ਐਲਾਨ ਆਇਆ ਬੜਾ ਔਖਾ ਐਲਾਨ ਆਗਾ ਇਸ ਕਰਕੇ ਕਿ ਇਹਨਾਂ ਦੇ ਕੰਮ ਦੇ ਵਿੱਚ ਘਾਟ ਆ ਗਈ ਆ ਸਪੋਜ਼ ਵੀਜ਼ੇ ਬੰਦ ਕੀਤੇ ਇਹਨਾਂ ਨੇ ਜਿਹੜੇ ਸਪੋਜ਼ ਵੀਜ਼ੇ ਸੀ ਤੇ ਜਦੋਂ ਕੁੜੀ ਚਲ ਜਾਂਦੇ ਸੀ ਆਈਲਰਸ ਕਰਕੇ ਮਗਰ ਅਦਾਸ ਬਣ ਚਲ ਜਾਂਦਾ ਸੀ ਉਹਦੀ ਹੈਲਪ ਕਰਦਾ ਸੀ ਸਾਰਾ ਪੈਸਾ ਲੈਂਦਾ ਸੀਗਾ ਔਰ ਉਹ ਸਟੱਡੀ ਤੇ ਪੈਸਾ ਖਰਚ ਹੁੰਦਾ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਾਂ ਪਿਓ ਉਹ ਘਾਟਾ ਪਿਆ ਪੱਕੀ ਗੱਲ ਹੈ ਮਾਂ ਪਿਓ ਉਹ ਅੱਗੇ ਤਾਂ ਪੈਸਾ ਲਾਉਂਦਾ ਸੀ ਉਹਨਾਂ ਦੇ ਆਉਣ ਜਾਣ ਤੇ ਜਾਂ ਸਾਰੇ ਤੇ ਤੀਜੀ ਗੱਲ ਇਹ ਹੋ ਗਈ ਜਿਹੜੀ ਉਹਨਾਂ ਨੂੰ ਵਰਕ ਪਰਮਿਟ ਦਿੰਦੇ ਸੀ ਉਹਦੇ ਨੋ ਐਕਸਟੈਂਸ਼ਨ ਉਹ ਡੇਢ 3 ਸਾਲ ਦਾ ਅਪਲਾਈ ਕਰ ਦਿੰਦੇ ਦਿੰਦੇ ਡੇਢ ਸਾਲ ਦਾ ਜੇ 3 ਸਾਲ ਦਾ ਹੈਗਾ ਉਦੋਂ ਬਾਅਦ ਨੋ ਪੀਆਰ ਕੋਈ ਪੀਆਰ ਨਹੀਂ ਦਿੰਦੇ ਐਸੀ ਪਾਬੰਦੀ ਲਾਤੀ ਮੁੰਡਿਆਂ ਤੇ ਖਾਸ ਕਰਕੇ ਸਾਡਾ ਪੰਜਾਬ ਮੋਰੀ ਸੀ ਪੰਜਾਬ ਦੇ ਲੋਕ ਬਹੁਤ ਜਾਂਦੇ ਸੀ ਸਟੂਡੈਂਟ ਜਾਂਦੇ ਸੀ ਪੜਨ ਲਈ ਫਿਰ ਪੀਆਰ ਲੈ ਲੈਂਦੇ ਸੀ ਇੱਕ ਕੈਟਾਗਰੀ ਹੋਰ ਵੀ ਹੈਗੀ ਹੈ ਉਹ ਕੈਟਾਗਰੀ ਹੈਗੀ ਜਿਸ ਵਿੱਚ ਕਲਾਕਾਰ ਨੇ ਖਡਾਰੀ ਨੇ ਜਿਨ੍ਹਾਂ ਚ ਹੈ ਨਾ ਜਿਹੜੇ ਉੱਚ ਪਾਇਦਾਰ ਜਿਹੜੇ ਫਿਲਮੀ ਐਕਟਰ ਨੇ ਉਹਨਾਂ ਨੂੰ ਜਿਹੜੀ ਪੀਆਰ ਮਿਲਦੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਥੋੜੀ ਛੋਟ ਛੋਟ ਲਾਤੀ ਆ ਹੁਣ ਉਹਨੂੰ 5-7 ਸਾਲ ਲੱਗਣੇ ਪੈਣਗੇ ਜਿਹੜੀਆਂ ਪੈਂਡਿੰਗ ਐਪਲੀਕੇਸ਼ਨ ਉਹਨਾਂ ਦੇ ਸੌਟ ਆਊਟ ਕਰਾਂਗੇ ਉਹ ਬਾਕੀ ਜਿਹੜੇ 5-6 ਸਾਲ ਡਿੱਕਣਗੇ ਕਿ ਅਗਲਾ ਡਿਸੀਜਨ ਕੀ ਹੈਗਾ ਹਰ ਉਹਦੇ ਵਿੱਚ ਜਿਹੜੀ ਕੈਟਾਗਰੀ ਬਣਦੀ ਨੰਬਰਾਂ ਦੀ ਉਹਦੇ ਵਿੱਚ 100 ਨੰਬਰ ਜਿਹੜਾ ਅੱਗੇ ਵਾਪਾ ਦਿੱਤਾ ਉਹਨਾਂ ਨੇ ਜੇ ਤਾਂ ਮੇਰੇ 570 ਹੋਣਗੇ ਹੈਨਾ ਜਦੋਂ ਅਸੀਂ ਕੈਟਾਗਰੀ ਦੇ ਵਿੱਚ ਆਉਣਾ ਤਾਂ ਉਹਦੇ ਵਿੱਚ 670 ਬਣਗੇ 100 ਨੰਬਰ ਜਿਹੜੇ ਐਕਸਟਰਾ ਹੋਣਗੇ ਇਹ ਕਈ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਆ ਗਈਆਂ ਉਹ ਚ ਇੰਡੀਆ ਨੂੰ ਨੁਕਸਾਨ ਹੋਇਆ ਚਾਈਨਾ ਨੂੰ ਨੁਕਸਾਨ ਹੋਇਆ ਅੰਤਰਰਾਸ਼ਟਰੀ ਲੈਵਲ ਤੇ ਸਾਰਿਆਂ ਨੂੰ ਹੋਇਆ ਇੰਟਰਨੈਸ਼ਨਲ ਲੈਵਲ ਤੇ ਪਰ ਇਹ ਕੁਈ ਖੁਸ਼ਖਬਰੀ ਨਹੀਂ ਸਾਡੇ ਦਰਸ਼ਕਾਂ ਲਈ ਇਹਦੇ ਵਿੱਚ ਸਾਰੇ ਬੱਚਿਆਂ ਨੂੰ ਥੋੜਾ ਨੁਕਸਾਨ ਹੋ ਰਿਹਾ ਪੜ੍ਹਾਈ ਲਈ ਜਿਹੜੇ ਵੀਜ਼ਾ ਲਾਉਂਦੇ ਸੀ ਇਸ ਕਰਕੇ ਤੁਸੀਂ ਜਾਓ ਐਮਬੈਸੀ ਦੇ ਵਿੱਚ ਹੁਣ ਕੋਈ ਬਹੁਤੀ ਭੀੜ ਭੜਕਾ ਨਹੀਂ ਰਹਿ ਗਿਆ ਜਲੰਧਰ ਤੋਂ ਵੀ ਅਪਲਾਈ ਹੁੰਦਾ ਸੀ ਦਿੱਲੀ ਤੋਂ ਵੀ ਹੁੰਦਾ ਸੀਗਾ ਚੰਡੀਗੜ੍ਹ ਇਹਨਾਂ ਨੇ ਬੰਦ ਹੀ ਕਰਤਾ ਜਿਹੜਾ ਐਮਬੈਸੀ ਸੀ ਜੇ ਬੰਦ ਕਰਦੀ ক্লোਜ਼ ਕਰਦੀ ਕਿਉਂਕਿ 41 ਜਿਹੜੇ ਇਹਨਾਂ ਦੇ ਆਫੀਸਰ ਸੀ ਇਹਨਾਂ ਦੇ ਉਹਨਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਉਹ ਇਹਨਾਂ ਨੇ ਉਹਨਾਂ ਨੂੰ ਹਲਵਿਦਾ ਕਹਿ ਕੇ ਤਾਂ ਵਾਪਸ ਕਰ ਦਿੱਤਾ ਬਿਆਨਾਂ ਸਮਝਾਉਦੇ ਇਸ ਵਿੱਚ ਇਹਨਾਂ ਨੇ ਜਿਹੜੀ ਆ ਉਹ ਰੋਕ ਲਾਤੀ ਜਿਹੜਾ ਪਹਿਲਾਂ ਸਟੇਟਿਟੀ ਹੋਈ ਸੀ ਬਿਆਨਾਂ ਦੀ ਉਹਦੇ ਵਿੱਚੋਂ ਇਹਨਾਂ ਨੇ ਜਿਆਦਾ ਇਹ ਆਂਦੇ ਇਹਨਾਂ ਦੇ ਜਿਆਦਾ ਅਧਿਕਾਰੀ ਆ ਉਹ ਸਾਰੇ ਬਾਹਰ ਦਿੱਲੀ ਬਾਹਰ ਕਰ ਦਿੱਤੇ ਉਸ ਕਰਕੇ ਵੀ ਆ ਫਿਰ ਹਰਦੀਪ ਨਿਜਰ ਵਾਲਾ ਮਾਮਲਾ ਉਹ ਗਿਆ ਗੁਰਪਤਵੰਤ ਪੰਨੂ ਦਾ ਮਾਮਲਾ ਕਈ ਤਰ੍ਹਾਂ ਦੇ ਮਾਮਲੇ ਹੈਗਾ ਜਿਹਦੇ ਵਿੱਚ ਟਰੂਡੋ ਨੇ ਜਸਨ ਟਰੂਡੋ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਆਟਵਾ ਤੋਂ ਜਾ ਕੇ ਐਲਾਨ ਕਰ ਦਿੱਤਾ ਸੀ ਅਜੇ ਤੱਕ ਪੂਰੇ ਦਾ ਪੂਰਾ پیچیدہ ਗੁੰਝਲਦਾਰ ਜਿਦਾ ਅਸੀਂ ਦਰਖਤਾਂ ਕਿਹਾ ਸੀਗਾ ਕਿ ਕਈ ਮਾਮਲੇ ਲਮਕਦੇ ਆ ਵਾਕਿਆ ਹੀ ਲਮਕ ਰਿਹਾ ਲਟਕ ਰਿਹਾ ਮਾਮਲਾ ਹਰ ਮਾਮਲਾ ਲਮਕ ਰਿਹਾ ਹੈ ਜੀ ਜਦੋਂ ਦੀ ਦੁਨੀਆ ਬਣੀ ਹੈ ਕੋਈ ਮਾਮਲਾ ਹੱਲ ਨਹੀਂ ਹੋਇਆ ਸਾਰੇ ਮਾਮਲੇ ਲਮਕਦੇ ਨੇ ਔਰ ਰੂਪ ਬਦਲਦੇ ਨੇ ਰੀਸੈਂਟਲੀ ਜਸਟਿਨ ਟਰੂਡੋ ਇੱਕ ਸੈਮੀਨਾਰ ਦੇ ਵਿੱਚ ਜਾਂਦੇ ਨੇ ਇੱਕ ਗੈਦਰਿੰਗ ਦੇ ਵਿੱਚ ਜਾਂਦੇ ਨੇ ਉੱਥੇ ਵੀ ਉਹ ਸਿੱਖ ਪਾਈਚਾਰੇ ਦੇ ਪ੍ਰਤੀ ਸਮਰਪਿਤ ਹੋਣ ਦਾ ਔਰ ਉਹਨਾਂ ਦੀ ਰਾਖੀ ਦਾ ਵਚਨ ਲੈਂਦੇ ਨੇ ਔਰ ਉੱਥੇ ਵੀ ਕੁਝ ਇਦਾਂ ਦਾ ਮਾਹੌਲ ਬਣਿਆ ਹੈ ਜਦੋਂ ਨਾਰੇ ਲੱਗੇ ਉੱਥੇ ਨਾਰੇ ਲੱਗੇ ਖਾਸ ਦਿਵਸ ਮਨਾਇਆ ਸੀ ਨਾ ਨਾਨਾ ਹਾਂਜੀ ਤੇ ਫਿਰ ਪਾਰਟ ਦੇ ਡਿਪਲੋਮ ਡਿਪਲੋਮੈਟਸ ਨੇ ਉੱਥੇ ਕੈਨੇਡਾ ਦੇ ਡਿਪਲੋਮੈਟਸ ਨੂੰ ਸਦਿਆਪਨੇ ਕੋਲ ਉਹਦੀ ਅੰਬੈਸੀ ਤੋਂ ਬੁਲਾਇਆ ਗਿਆ ਸੰਮਨ ਗਏ ਉਹਨੇ ਸਭ ਮਾਮਲੇ ਵੀ ਚੱਲਦੇ ਪਏ ਨੇ ਸਹੀ ਗੱਲ ਹੁਣ ਇਹਦੇ ਵਿੱਚ ਇਹ ਹੈ ਕਿ ਕਿਸੇ ਮਾਹੌਲ ਦੇ ਉੱਤੇ ਪ੍ਰਾਈਮ ਮਿਨਿਸਟਰ ਦਾ ਜਾਂ ਕਿਸੇ ਹੋਰ ਦਾ ਕੋਈ ਕੰਟਰੋਲ ਤਾਂ ਨਹੀਂ ਹੈ ਕਿਸੇ ਮਾਹੌਲ ਦੇ ਵਿੱਚ ਔਰ ਹਰੇਕ ਮਾਹੌਲ ਦੇ ਵਿੱਚ ਹਰੇਕ ਨੂੰ ਆਪਣੀ ਭਾਵਨਾ ਸਾਹਮਣੇ ਰੱਖਣ ਦਾ ਪੂਰਾ ਅਧਿਕਾਰ ਹੈ ਉਹ ਉਹ ਭਾਵਨਾ ਰੱਖਦੇ ਨੇ ਕੈਨੇਡਾ ਦੀ ਗਵਰਨਮੈਂਟ ਉਹਨੂੰ ਕਿੱਦਾਂ ਲੈਂਦੀ ਹੈ ਭਾਰਤ ਦੀ ਗਵਰਨਮੈਂਟ ਉਹਨੂੰ ਕਿੱਦਾਂ ਲੈਂਦੀ ਹੈ ਇਹ ਆਪਣਾ ਆਪਣਾ ਪੁਆਇੰਟ ਆਫ View ਹੈ ਔਰ ਇਸ ਪੁਆਇੰਟ ਆਫ View ਦੇ ਵਿੱਚ ਇੱਕ ਟਕਰਾਵ ਵੀ ਹੋ ਸਕਦਾ ਹੈ ਤੇ ਗੱਲਬਾਤ ਨਾਲ ਇੱਕ ਰਸਤਾ ਵੀ ਨਿਕਲ ਸਕਦਾ ਹੈ ਕਿ ਕਿਤੇ ਕਿਹੜੀਆਂ ਭਾਵਨਾਵਾਂ ਕਿੱਦਾਂ ਉਹਨਾਂ ਨੂੰ ਉਜਾਗਰ ਕੀਤਾ ਜਾ ਰਿਹਾ ਉਹਨਾਂ ਨੂੰ ਪੂਰਾ ਅਧਿਕਾਰ ਹੈ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਇਦਾਂ ਟਾਰਗੇਟ ਕਰਨਾ ਉਹ ਵੀ ਠੀਕ ਨਹੀਂ ਆਪਣੇ ਸੰਬੰਧਾਂ ਨੂੰ ਦੇਖ ਕੇ ਚੱਲਣਾ ਹੈ ਫੋਰਨ ਪੋਲਿਸੀ ਨੂੰ ਦੇਖ ਕੇ ਚੱਲਣਾ ਕਿਉਂਕਿ ਅੱਗੇ ਵੀ ਅਸੀਂ ਗੁਆਂਢੀਆਂ ਨਾਲ ਇੱਕ ਗੱਲ ਬਣਾ ਕੇ ਰੱਖਣੇ ਨੇ ਮੈਂ ਚੈਟ ਕਰਨਾ ਚਾਹੁੰਦਾ ਉਹ ਗੱਲ ਇਹ ਹੈ ਕਿ ਜਦੋਂ ਐਨਡੀ ਜਿਹੜੀ ਭਾਜਪਾ ਗਵਰਨਮੈਂਟ ਹੈ ਜਦੋਂ ਇਹ ਨਹੀਂ ਸੀ ਉਦੋਂ ਬੜੇ ਤਾਲੁਕਾਤ ਸੁਧਰੇ ਸੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਸੀ ਐਟ ਪ੍ਰੈਜ਼ੈਂਟ ਜਿਹੜੀ ਗਵਰਨਮੈਂਟ ਹੈ ਬਾਅਦ ਵਿੱਚ ਬੜਾ ਕੁਝ ਨੁਕਸਾਨ ਹੋਇਆ ਇਹਨਾਂ ਨੇ ਜਿਹੜੇ ਡਿਸੀਜਨ ਲਏ ਦਿੱਲੀ ਦੇ ਵਿੱਚ ਜਾਂ ਜਿਹੜੇ ਸਾਡੇ ਸਾਰੇ ਸਿਆਸਤਦਾਨ ਜਾਣਦੇ ਨੇ ਉਹਦੇ ਬਾਅਦ ਵਿੱਚ ਉਹ ਨਾਰਾਜ਼ ਹੋ ਗਏ ਕਿਉਂਕਿ ਅਸੀਂ ਉਹਨਾਂ ਦੇ ਡਿਪੈਂਡੈਂਟ ਆ ਸਾਡੇ ਬੱਚੇ ਉੱਥੇ ਜਾਂਦੇ ਆ ਸਾਨੂੰ ਇਦਾਂ ਦੇ ਡਿਸੀਜਨ ਲੈਣੇ ਔਖੇ ਆ ਇਸ ਕਰਕੇ ਔਖੇ ਆ ਕਿ ਸਾਡੇ ਤੇ ਸਾਰੇ ਬੱਚੇ ਉੱਥੇ ਐਨਆਰਆਈ ਵੀਰ ਉੱਥੇ ਬੈਠੇ ਆ ਔਰ ਇਹ ਤੋਂ ਬਾਅਦ ਇਹਨਾਂ ਦਾ ਜਿਹੜਾ ਵਿਦੇਸ਼ ਮੰਤਰਾਲਾ ਇਹਨਾਂ ਨੇ ਜ ਇਮੀਗ੍ਰੇਸ਼ਨ ਮਾਮਲਾ ਉਹਨਾਂ ਨੇ ਜਿਹੜੇ ਐਨ ਆਰ ਆ ਵੀਰ ਉਹਨਾਂ ਦੀ ਜਿਹੜੇ ਆਉਣ ਵਾਲਾ ਸੀਗਾ ਵੀਜ਼ਾ ਲੱਗਣ ਦਾ ਜਾਂ ਉਹਨਾਂ ਨੇ ਐਂਟਰੀ ਇੰਡੀਆ ਚ ਬੈਨ ਕਰ ਦਿੱਤੀ ਸੀ ਕੋਈ ਨਹੀਂ ਆਇਆ ਉਹ ਕਈਆਂ ਦੇ ਵਿਆਹ ਰੁਕੇ ਕਈਆਂ ਦੇ ਜਿਹੜੇ ਸੀ ਫੰਕਸ਼ਨ ਉਹ ਰੁਕੇ ਬੜਾ ਕੁਝ ਹੋਇਆ ਇਹ ਆਪਣੇ ਦੇਸ਼ ਦੀਆਂ ਜਿਹੜਾਂ ਵਿੱਚ ਹੀ ਤੇਲ ਚੋ ਰਹੇ ਆ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੋ ਰਿਹਾ ਜੇ باوجود ਇਹਦੇ ਸਾਰਾ ਕੁਝ ਅਗਰ ਜੇ ਅਗਲੀ ਗੌਰ ਇਹ ਹੀ ਗਵਰਨਮੈਂਟ ਅਗਲੀ ਵਾਰ ਆ ਜਾਂਦੀ ਹੈ ਦੇ ਤਰਕਾ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਰਹਿਣੇ ਜੋ ਐਡ ਪ੍ਰੈਜ਼ੈਂਟ ਹੈ ਗਿਆ ਫਿਰ ਤੁਸੀਂ ਇੱਥੇ ਬੇਰਜ਼ਗਾਰੀ ਆ ਗਰੀਬੀ ਆਏ ਤੇ ਕੋਈ ਕੰਮਕਾਰ ਨਹੀਂ ਗਾ ਨਸ਼ੇ ਸਾਰਾ ਕੁਝ ਗਾ ਫਿਰ ਅਸੀਂ ਉਹਨਾਂ ਦੇ ਵਿੱਚ ਆਪਣੇ ਦੇਸ਼ ਵਿੱਚ ਸਾਰਿਆਂ ਨੂੰ ਨਹੀਂ ਸਵਾਲ ਸਕਦੇ ਕਿਉਂਕਿ ਸਾਡੇ ਕੋਲ ਪਾਪੂਲੇਸ਼ਨ ਇੰਨੀ ਜ਼ਿਆਦਾ ਹੈਗੀ ਹੈ ਉੱਥੇ ਪਾਪੂਲੇਸ਼ਨ ਹੈ ਹੀ ਨਹੀਂ ਐਕਚੁਅਲੀ ਸੂਬੇ ਤਾਂ ਖਾਲੀ ਪਏ ਅੱਜ ਦੀ ਡੇਟ ਵਿੱਚ ਜੋ Winner ਹੈ ਉਹ ਜੀ ਜੀ ਇਕਨੋਮੀ ਸਟਰੋਂਗ ਹੈ ਸਹੀ ਗੱਲ ਠੀਕ ਹੈ ਨਾ ਬਿਲਕੁਲ ਉਹ ਜਿਹਦੀ ਇਕਨੋਮੀ ਸਟਰੋਂਗ ਹੈ ਉਹਦੇ ਵਾਸਤੇ ਕੰਮ ਕਰਨਾ ਇਹਦੇ ਵਿੱਚ ਜੋ ਦੇਸ਼ ਨੂੰ ਫਾਇਦਾ ਦਵੇ ਉਹ ਫੈਸਲੇ ਲੈਣੇ ਚਾਹੀਦੇ ਨੇ ਕਿੰਨਾ ਕਿਤੇ ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਏਜੰਡਾ ਜਾਂ ਕੋਈ ਵਿਚਾਰ ਧਾਰਾ ਫੈਸਲਿਆਂ ਦੇ ਉੱਤੇ ਹਾਵੀ ਹੁੰਦੀ ਹੈ ਆਪਾਂ ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਦੱਸਿਆ ਨਾ ਇਕਨੋਮੀ ਚ ਇਕਨੋਮੀ ਦੇ ਬਹੁਤ ਪੋਸਟ ਉਹ ਜੋ ਕਹਿੰਦੇ ਆ ਮੰਨ ਲਿਆ ਜਾਣਾ ਜੀ ਦਾ ਕਿਉਂਕਿ ਸਾਡੇ ਭਲੇ ਲਈ ਕਹਿ ਰਹੇ ਆ ਔਰ ਜੋ ਅਸੀਂ ਕਹਿ ਰਹੇ ਆ ਕਿ ਭਾਰਤ ਦੀ ਇਕਨੋਮੀ ਤੀਸਰੀ ਵੱਡੀ ਇਕਨੋਮੀ ਹੋ ਜਾਏਗੀ ਉਹ ਹੋ ਸਕਦੀ ਹੈ ਕਿਉਂਕਿ ਸਾਡੀ ਪੋਪੂਲੇਸ਼ਨ ਦਾ ਸਾਈਜ਼ ਐਡਾ ਵੱਡਾ ਹੈ ਪੀਚ ਦੰਬਰਮ ਜੋ ਐਕਸ ਸਾਡੇ ਫਾਈਨੈਂਸ ਮਿਨਿਸਟਰ ਵੀਰ ਚਿੱਕ ਨੇ ਉਹਨਾਂ ਦੇ ਵੀ ਰੀਸੈਂਟ ਇੰਟਰਵਿਊ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਗਵਰਨਮੈਂਟ ਆਵੇ ਚਾਹੇ ਭਾਜਪਾ ਆਵੇ ਚਾਹੇ ਕਾਂਗਰਸ ਆਵੇ ਜਾਂ ਕੋਈ ਹੋਰ ਗਵਰਨਮੈਂਟ ਭਾਰਤ ਨੇ ਦੁਨੀਆ ਦੀ ਤੀਜੀ ਵੱਡੀ ਇਕਨੋਮੀ ਬਣਨਾ ਹੈ ਕਿਉਂਕਿ ਭਾਰਤ ਦੀ ਆਬਾਦੀ ਦਾ ਸਾਈਜ਼ ੱਡਾ ਵੱਡਾ ਹੈ ਪਰ ਉਹ ਇਕਨੋਮੀ ਤਾਂ ਵੱਡੀ ਬਣ ਗਈ ਪਰ ਪਰ ਕੈਪੀਟਲ ਇਨਕਮ ਕਿੱਥੇ ਗਈ ਉਹ ਤੇ ਬਹੁਤ ਹੀ ਘੱਟ ਹੈ ਮੇਰਾ ਖਿਆਲ ਹੈ ਜੇ ਬਣਨਾ ਨਾ ਨਾ ਨੇ ਜਿਹੜਾ ਤੀਜੀ ਦੁਨੀਆ ਬਣਨਾ ਹੈ ਤੀਜੀ ਦੁਨੀਆ ਪੋਪੂਲੇਸ਼ਨਾਂ ਬਣ ਸਕਦੇ ਆ ਇਹ ਅਮਰੀਕਾ ਨੂੰ ਕਿੱਥੇ ਆ ਦੇ ਦੇਣਗੇ ਚਾਈਨਾ ਵੀ ਸੜ ਤੋਂ ਅੱਗੇ ਹਾਨਾ ਦੇ ਪੋਪੂਲੇਸ਼ਨ ਬਣ ਬਿਲਕੁਲ ਉੱਥੇ ਪ੍ਰੋਬਲਮ ਜਿਹੜੀ ਉੱਥੇ ਉਹਨਾਂ ਨੇ ਕੀਤਾ ਉਹਨਾਂ ਨੇ 1 2 ਵਾਲੇ ਸਾਰਿਆਂ ਨੂੰ ਪਿੰਡਾਂ ਚ ਕਾਟਨ ਇੰਡਸਟਰੀ ਬਣਾਉਂਦੀ ਆ ਪੈਸਾ ਮੁਹੱਈਆ ਕਰਵਾਉਂਦਾ ਉਹਨਾਂ ਨੇ ਮ ਮੈਨੂਅਲ ਕਮ ਹਾਂ ਯੈਸ ਇਕਨੋਮੀ ਦਾ ਮਤਲਬ ਹੈ ਕਿ ਪਰ ਕੈਪੀਟਾ ਇਨਕਮ ਹਰ ਬੰਦੇ ਦੀ ਪਰਚੇਜ਼ਿੰਗ ਪਾਵਰ ਕਿਉਂਕਿ ਉਹਦੇ ਨਾਲ ਹੀ ਇੰਡਸਟਰੀ ਵਧੇਗੀ ਉਹ ਤਾਂ ਹੀ ਚੀਜ਼ ਖਰੀਦੇਗਾ ਤਾਂ ਹੀ ਡਿਮਾਂਡ ਕਰੇਗਾ ਜੋ ਉਹਦੇ ਜੇਬ ਚ ਪੈਸੇ ਨੇ ਬਸ ਜੇ ਪੱਲੇ ਨਹੀਂ ਤੇ ਲਾ ਤੇ ਕਰਦੀ ਮੇਲਾ ਮੇਲਾ ਵਾਲਾ ਹਿਸਾਬ ਹੋ ਜਾਣਾ ਐਕਚੁਅਲੀ ਇੱਕ ਜਨਰਲ ਅਸੈਂਬਲੀ ਹੁੰਦੀ ਹੈ ਜਿੱਦੇ ਵਿੱਚ ਸਾਰੇ ਲੋਕਾਂ ਨੂੰ ਬੁਲਾ ਕੇ ਇੱਕ ਮੀਟਿੰਗ ਹੁੰਦੀ ਹੈ ਸਾਰੇ ਗੱਲਾਂ ਦੇ ਚਾਰ ਬੰਦੇ ਦੱਸੀ ਜੇ ਲਈ ਜਾਣਗੇ ਤੇ ਇਹ ਡਿਸੀਜਨ ਕਿਸੇ ਦਾ ਨਹੀਂ ਹੈ ਇਹ ਡਿਸੀਜਨ ਨਹੀਂ ਹੈ ਕੱਲਾ ਇੱਕ ਤਾਂ ਦੋ 11 ਹੁੰਦੇ ਯੈਸ ਇਟ ਡੈਮੋਕ੍ਰੇਸੀ ਹੈ ਜਿੱਦੇ ਵਿੱਚ ਹਰੇਕ ਦਾ ਵਿਚਾਰ ਸੁਣਨਾ ਜਾਣਾ ਜ਼ਰੂਰੀ ਹੈ ਔਰ ਇੱਕ ਸਰਵੇ ਹੋਣਾ ਚਾਹੀਦਾ ਸਹੀ ਗੱਲ ਸੋ ਦੇਸ਼ ਨੂੰ ਬਣਾਉਣਾ ਪਰਫੈਕਟ ਬਣਾਉਣਾ ਹਰ ਇੱਕ ਦੇਸ਼ ਦੀ ਕੋਸ਼ਿਸ਼ ਹੁੰਦੀ ਹੈ ਦੁਬਈ ਦੇ ਲੋਕ ਵੀ ਆਪਣੇ ਦੇਸ਼ ਨੂੰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਉੱਥੇ ਉਦਘਾਟਨ ਹੋਣਾ ਹੈ ਔਰ ਉਥੋਂ ਦੇ ਜੋ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਦੁਬਈ ਦੇ ਸ਼ਾਸਕ ਉਹਨਾਂ ਨੇ ਇਹ ਐਲਾਨ ਕੀਤਾ ਇਟਸ ਅ ਗੁੱਡ ਨਿਊਜ਼ ਹਾਂ ਸ਼ੇਖ ਮੁਹੰਮਦ ਜਿਹੜੇ ਸ਼ਾਸਕ ਨੇ ਉਹਨਾਂ ਨੇ ਕਹਿਤਾ ਕਿ ਸਾਡਾ ਜਿਹੜਾ ਇਹ ਬਣਾ ਰਿਹਾ ਹਵਾਈ ਅੱਡਾ ਇਹ 400 ਜਿਹੜੇ ਗੇਟ ਹੋਣਗੇ ਇਹਦੇ ਵਿੱਚ ਔਰ ਉਹਦੇ ਵਿੱਚ 400 ਗੇਟ ਦੇ ਵਿੱਚ ਅਸੀਂ 96 ਕਰੋੜ ਰੁਪਈਆ ਜਿਹੜਾ ਅਸੀਂ ਉੱਤੇ ਖਰਚ ਕਰ ਰਹੇ ਹਾਂ ਔਰ 26 ਕਰੋੜ ਦੇ ਦੇ ਕਰੀਬ ਨਾ ਜਿਹੜੇ ਲੋਕ ਉੱਥੇ ਆ ਕੇ ਆਪਣੇ ਇੱਕ ਇੱਕ ਵੇਲੇ ਜਹਾਜ਼ ਲੈ ਕੇ ਉਡ ਸਕਦੇ ਆ ਔਰ ਪੂਰੇ ਦਾ ਪੂਰਾ ਇਹੰਦਾ ਦੁਨੀਆ ਦੇ ਚ ਸਭ ਤੋਂ ਪਹਿਲਾ ਨੰਬਰ ਹਵਾਈ ਅੱਡਾ ਹੋਊਗਾ ਤੁਹਾਡੀ ਗੱਲ ਉਹ ਹੀ ਸਹੀ ਹੋਈ ਕਿ ਜੇ ਬੰਦਾ ਇਕਨੋਮੀ ਨੂੰ ਬੂਸਟ ਕਰਦਾ ਤਾਂ ਇਦਾਂ ਦੇ ਕੰਮ ਕਰਕੇ ਦਿਖਾ ਦਿੰਦਾ ਔਰ ਉਹਨਾਂ ਦੇ ਵਿੱਚ ਜੋ ਕੁਛ ਐਸੁਰ ਤੇ ਸੜਕਾਂ ਨੇ ਜੋ ਤੋਂ ਨਕਸ਼ੋ ਨਿਗਾਰ ਜਿਹੜਾ ਬਦਲ ਦਿੱਤਾ ਉਹਨਾਂ ਨੇ ਦੁਬਈ ਦਾ ਦੁਬਈ ਇੱਕ ਬਿਲਕੁਲ ਦਾ ਰੇਤਰਾ ਇਲਾਕਾ ਹੈਗਾ ਜਿੱਥੇ ਖਜ਼ੂਰਾ ਹੁੰਦੀਆਂ ਸੀਗੀਆਂ ਮਲੇ ਝਾੜੀਆਂ ਹੁੰਦੀਆਂ ਸੀ ਉਹਨੂੰ ਐਸਾ ਖੂਬਸੂਰਤ ਬਣਾਤਾ ਹੁਣ ਪੂਰੇ ਯੂਰਪੀਨ ਕੰਟਰੀ ਤੋਂ ਲੋਕ ਵਿਜ਼ਿਟਰ ਟੂਰਿਸਟ ਆਉਂਦੇ ਵੇਖਣ ਲਈ ਉੱਥੇ ਔਰ ਉੱਥੇ ਜੋ ਕੁਛ ਉਹਨਾਂ ਨੇ ਇੰਡਸਟਰੀ ਸਟੈਬਲਿਸ਼ ਕਰਤੀ ਐ ਸੜਕਾਂ ਦੇਖਣ ਵਾਲੀਆਂ ਜਿਹੜੀਆਂ ਟਨਲ ਦੇ ਵਿੱਚ ਸੜਕਾਂ ਉਹ ਵੀ ਬਹੁਤ ਵੇਖਣ ਵਾਲੀਆਂ ਔਰ ਉਹ ਹੁਣ ਇਹਨਾਂ ਨੇ ਇਹ ਜਿਹੜਾ ਹਵਾਈ ਅੱਡਾ ਬਣਾਇਆ ਬਣ ਰਿਹਾ ਉਹਦੇ ਤੋਂ ਉਹਨਾਂ ਨੇ ਕਹਿਤਾ ਕਿ ਜਿਹੜਾ ਪੈਸਾ ਸਾਡਾ ਕੋਈ ਨਾ ਬਜਟ ਹੈਗਾ ਅਸੀਂ ਚਾਹੁੰਦੇ ਹਾਂ ਕਿ ਇਹ ਇੱਕ ਵਿਸ਼ਾਲ ਜਿਹੜਾ ਹਵਾਈ ਅੱਡਾ ਬਣੇ ਜਿਹਦੇ ਵਿੱਚੋਂ ਜਿਸ ਤਰ੍ਹਾਂ ਹੈਥਰੋ 에어ਪੋਰਟ ਹੈਗੀ ਉੱਥੇ 1 ਮਿੰਟ ਚ ਲੈਂਡਿੰਗ ਹੈਗੀ ਹੈ ਉਹ ਕਹਿੰਦੇ ਇੱਥੇ ਵੀ ਇਸੇ ਤਰ੍ਹਾਂ ਦਾ ਹੋਊਗਾ ਕਿਉਂਕਿ ਉੱਥੇ 1 ਮਿੰਟ ਚ ਜਹਾਜ਼ ਲੈਂਡ ਕਰ ਜਾਂਦੇ ਆ ਆਉਂਦੇ ਜਾਂਦੇ ਜਾਂਦੇ ਆ ਪੂਰੇ ਯੂਰੋਪੀਅਨ ਕੰਟਰੀ ਚ ਉਹ ਕਹਿੰਦੇ ਇਸੇ ਇਧਰ ਵੀ ਖੂਬਸੂਰਤ ਬਣਾਉਗੇ ਦੂਜੀ ਗੱਲ ਇਹ ਗਈ ਛੋਟੇ ਦੇਸ਼ ਕੀ ਕੁਝ ਕਰ ਜਾਂਦੇ ਸਿੰਗਾਪੁਰ ਦਾ ਜਿਹੜਾ ਹਵਾਈ ਅੱਡਾ ਬਹੁਤ ਖੂਬਸੂਰਤ ਹੈ ਮੈਂ ਖੁਦ ਵੀ ਦੇਖਿਆ ਪੂਰੇ ਫਲਾਵਰਾਂ ਨਾਲ ਕੁੰਦਿਆ ਪਿਆਗਾ ਔਰ ਪੂਰੇ ਤੇ ਪੂਰਾ ਡੈਕੋਰੇਟ ਹੋਇਆ ਪਿਆ ਤੁਸੀਂ ਦੇਖੋਗੇ ਦੱਸਦਾ ਕਿ ਤੁਸੀਂ ਇੱਕ ਬਹਿਸ਼ਤ ਚ ਆ ਗਏ ਜੀ ਇਨਾ ਅੱਛਾ ਏਰੀਆ ਹੈਗਾ ਔਰ ਜਿਹੜੇ ਉਹਨਾਂ ਨੇ ਕਹਿਤਾ ਕਿ ਅਸੀਂ 400 ਗੇਟ ਬਣਾਵਾਂਗੇ ਜਿਹਦੇ ਵਿੱਚ ਐਂਟਰੀ ਹੋਏਗੀ ਜਾਂ ਹਉਣ ਜਾਂਦਾ ਰਸਾ ਹੋਏਗਾ ਔਰ ਉਹਦੇ ਵਿੱਚ ਹੀ ਰੈਸਟੋਰੈਂਟ ਹੋਣਗੇ ਵਿੱਚੇ ਉੱਥੇ ਹੋਟਲ ਹੋਣਗੇ ਰਹਿਣ ਲਈ ਵੀ ਲੋਕਾਂ ਦੇ ਰਾਤ ਦਾ ਵਸੇਬਾ ਆਏਗਾ ਬਹੁਤ ਅੱਛੀ ਗੱਲ ਹੈ ਔਰ ਲੋਕ ਉਹ ਦਬਈ ਹੋਰ ਵੇਖਣ ਆਉਣਗੇ ਜੀ ਪੈਸਾ ਨਾ ਖਰਚਾ ਤੇ ਲੋਕ ਹੋਰ ਪੈਸਾ ਇਹਨਾਂ ਨੂੰ ਦੇਣਗੇ ਟੂਰਿਸਟ ਦੇ ਤੌਰ ਤੇ ਉੱਥੇ ਜੋ ਸੋਨਾ ਵੀ ਸਸਤਾ ਹੈਗਾ ਬੜਾ ਪਿਓਰ ਸੋਨਾ ਦਾ 24 ਕੈਰਟ ਦਾ ਬਾਜ ਦਾ ਜੋ ਜੋ ਹੈਗਾ ਉਹ ਵੀ ਲੋਕ ਖਰੀਦਣ ਜਾਂਦੇ ਜਨਾ ਜਨਾ ਤੁਸੀਂ ਪਾ ਕੇ ਲੈ ਆ ਸਕਦੇ ਜੀ ਆ ਸਕਦਾ ਹੈ ਕੋਈ ਪਰੇ ਨਹੀਂ ਤੁਸੀਂ ਵਪਾਰ ਕਰੋਗੇ ਉਹ ਨਹੀਂ ਹੋਊਗਾ ਔਰ ਕਿੰਨੀਆਂ ਚੀਜ਼ਾਂ ਉੱਥੇ ਆ ਗਈਆਂ ਜਿੱਦ ਕੋਲ 골ਡ ਹੈ ਨਾ ਜਦਾ ਕਸੀ ਅਮਰੀਕਾ ਕੋ 골ਡ ਕਰਨਾ ਪਰ ਸਭ ਤੋਂ ਪਿਓਰ 골ਡ ਦबई ਯੇਮਰਾਤ ਇਹਦਾ ਹੈਗਾ ਔਰ ਉਹਦੇ ਵਿੱਚ ਯੂਰਪ ਕੰਟਰੀਆਂ ਤੋਂ ਵੀ ਅੱਗੇ ਨਿਕਲ ਗਿਆ ਜਦੋਂ ਮਿਹਨਤ ਕਰਦੇ ਲੋਕ ਜਦੋਂ ਕਰਦੇ ਸਾਰਾ ਕੁਝ ਅਸੀਂ ਗੱਲ ਹਿੰਦੁਸਤਾਨ ਦੀ ਕਰਦੇ ਸੀਗੇ ਅਸੀਂ ਦੇਖ ਲਓ ਸਾਡਾ ਜਿੰਦਰਾ ਗਾਂਧੀ ਏਅਰਪੋਰਟ ਦਿੱਲੀ ਵਾਲਾ ਹੈਗਾ ਹਨਾ ਇੱਕ ਏਅਰਪੋਰਟ ਹੈਗਾ ਅਸੀਂ ਉਹਦੇ ਤੇ ਵਿੱਚ ਪ੍ਰਾਈਵੇਟ ਕੰਪਨੀਆਂ ਵਾੜ ਦਿੱਤੀਆਂ ਬੜਾ ਕੁਝ ਉਹਦੇ ਚ ਚਲੇ ਗਿਆ ਔਰ ਇਹ ਉਹਨਾਂ ਨੇ ਜਿਹੜਾ ਗਵਰਨਮੈਂਟ ਦੇ ਕੋਲ ਰੱਖਿਆ ਗਵਰਨਮੈਂਟ ਦੇ ਸ਼ਾਸਕ ਜਿਹੜੇ ਉਹ ਹੀ ਕੰਮ ਕਰਦੇ ਸਾਰਾ ਕੁਝ ਔਰ ਇਹ ਚੀਜ਼ਾਂ ਨਿਸਬਤ ਅਸੀਂ ਕੰਪੈਰੀਟਿਵਲੀ ਆਪਣੇ ਦੇਸ਼ ਨਾਲ ਜੋੜ ਕੇ ਵੇਖਾਂਗੇ ਕਿ ਸਾਡੇ ਦੇਸ਼ ਦਾ ਕੀ ਹਾਲ ਹੈਗਾ ਔਰ ਆ ਦੁਆਬਾ ਜਿਹੜਾ ਅਸੀਂ ਬੈਠੇ ਇੱਥੇ ਦੁਆਬੇ ਚ ਜੇ ਅਰਪੋਰਟ ਅਗੀ ਤੇ ਅਮਰਸਾ ਰਹੀ ਅਮਰਸਾ ਜਾਣਦੇ ਜੀ ਪਰ ਉਹਦੇ ਵਿੱਚ ਸਾਰੇ ਦੇਸ਼ਾਂ ਨੂੰ ਵਾਜਾਜ ਨਹੀਂ ਅਜੇ ਲੱਗੇ ਜਿੱਦ ਜਿੱਦ ਉਡਾਨਾਂ ਹੁੰਦੀਆਂ ਨਹੀਂ ਹੁੰਦੀਆਂ ਜੇ ਤੁਸੀਂ ਜਾਓਗੇ ਨਿਊਜ਼ੀਲੈਂਡ ਜਾਓਗੇ ਤਾਂ ਵਾਇਆ ਆਸਟ੍ਰੇਲੀਆ ਆਸਟ੍ਰੇਲੀਆ ਜਾਓਗੇ ਔਰ ਕੁਵਾਲਾ ਲੰਪੁਰ ਜਾਓਗੇ ਮਲੇਸ਼ੀਆ ਨੀਰਪੋਰਟ ਦੇ ਰੈਂ ਜਾਓਗੇ ਔਰ ਉਹਦੇ ਵਿੱਚ ਜਿਹੜੇ ਜਹਾਜ਼ ਵੀ ਬਹੁਤ ਘੱਟ ਜਾ ਰਿਹਾ ਯੂਰਪ ਨੂੰ ਜਾਣਾ ਤੁਸੀਂ ਉਧਰ ਵੀ ਬਹੁਤ ਘੱਟ ਮਿਲਣਗੇ ਕੈਨੇਡਾ ਨੂੰ ਜਾਣ ਲਈ ਵੀ ਬਹੁਤ ਘੱਟ ਮਿਲਣਗੇ ਅਮਰਸਰ ਤੋਂ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਦੁਆਬਾ ਏਰੀਆ ਮੈਨੂੰ ਲੱਗਾ ਸੀ ਬਣਨਾ ਅ ਅਮਰ ਸਾਹ ਆਪਣੇ ਕਪੂਰਥਲਾ ਪਰ ਉਹ ਨਹੀਂ ਬਣ ਸਕਿਆ ਕਿਉਂਕਿ ਦੁਆਬੀ ਨੂੰ ਚਾਹੀਦਾ ਦੂਜੇ ਪਾਸੇ ਜਿਹੜੇ ਕਿਸਾਨਾਂ ਦਾ ਧਰਨੇ ਨੇ ਉਧਰ ਦੇ ਜਾਣ ਲਈ ਸ਼ੰਭੂ ਬਾਰਡਰ ਤੇ ਲੋਕਾਂ ਨੇ ਜਾਣਾ ਦਿੱਲੀ ਨੂੰ ਦਿੱਲੀ 에ਰਪੋਰਟ ਤੇ ਉਹ ਵੀ ਵਿਚਾਰੇ ਰਾਹ ਚ ਰੁਕ ਜਾਂਦੇ ਆ ਉਹ ਸਾਰਾ ਕੁਝ ਜਿਹੜਾ ਹੈਗਾ ਨੁਕਸਾਨ ਲੋਕਾਂ ਨੂੰ ਪਹੁੰਚਦਾ ਸਰਕਾਰ ਐਲਾਨ ਕਰ ਦਿੰਦੀ ਆ ਅਸੀਂ ਇਸ ਗੱਲ ਕੇ ਗੱਲ ਕਰ ਰਹੇ ਆ ਕਿ ਅਸੀਂ ਬਹੁਤ ਬਾਹਲੇ ਦੇਸ਼ਾਂ ਸਾਰੇ ਦੇਸ਼ਾਂ ਚ ਬੈਠੇ ਸਾਡੇ ਪ੍ਰਵਾਸੀ ਭਾਰਤੀ ਔਰ ਉਹ ਕਿਨੇ ਜਿਹੜਾ ਨਿਊਜ਼ੀਲੈਂਡ ਤੋਂ ਬਾਅਦ ਜਿਹੜਾ ਇਸ ਵळे ਇਹਨੇ ਨੇ ਕੰਮ ਕਰਤਾ ਦबई ਨੇ ਦबई ਨੇ ਦੇਖੋ ਕਿੰਨਾ ਵੱਡਾ एयरपोर्ट बनाਉਣ ਦਾ ਕਾਇਦਤਾ ਨਾਲ ਬਹੁਤ अच्छी ਗੱਲ ਹੈ ਖੁਸ਼ਖਬਰੀ ਸਾਡੇ ਸਾਰੇ ਯਾ ਖੁਸ਼ਖਬਰੀ ਹੈ ਕਿਉਂਕਿ ਜਿੱਥੇ ਵੀ ਮਾਨਵ ਸਮਾਜ ਵਿਕਾਸ ਕਰੇ ਵਧੀਆ ਹੈ ਤੇ ਸਭ ਨੂੰ ਫਾਇਦਾ ਪਹੁੰਚੇ ਇਹ ਵੀ ਜ਼ਰੂਰੀ ਹੈ ਸੋ ਅਗਲੀ ਗੱਲ ਆਪਾਂ ਲੈਣੇ ਹੁਣ ਭਾਰਤ ਦੇ ਵਿੱਚ ਇਲੈਕਸ਼ਨ ਬਹੁਤ ਜ਼ਿਆਦਾ ਜੋਰਾਂ ਤੇ ਨੇ ਕਿਉਂਕਿ ਰੈਲੀਆਂ ਹੋ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਨੋਟਿਸ ਵੀ ਜਾ ਰਹੇ ਨੇ ਰੈਲੀਆਂ ਦੇ ਵਿੱਚ ਕੁਝ ਨਾ ਕੁਝ ਅਜੀਹਾ ਕਿਹਾ ਜਾ ਰਿਹਾ ਜਿੱਦਾਂ ਲੋਕ ਸਵਾਗਤ ਵੀ ਕਰਦੇ ਨੇ ਜਿਹਦੇ ਉਤੇ ਇਤਰਾਜ਼ ਵੀ ਹੁੰਦਾ ਹੈ ਸੋ ਇਸ ਇੱਕ ਮਿਲਗੋਬਾ ਜਾਂ ਚੱਲਦਾ ਪਿਆ ਇਸ ਵੇਲੇ ਸੋ ਰਾਹੁਲ ਗਾਂਧੀ ਇੱਕ ਨਵੀਂ ਸਟੇਟਮੈਂਟ ਦੇ ਰਹੇ ਨੇ ਕਿ ਜੇਕਰ ਭਾਜਪਾ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਯਾਨੀ ਤੀਸਰੀ ਵਾਰ ਥਰਡ ਟਰਮ ਦੇ ਵਿੱਚ ਪ੍ਰਾਈਮ ਮਿੰਿਸਟਰ ਮੋਦੀ ਬੰਦੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਤਾਂ ਦੇਸ਼ ਦੀ ਜਿਹੜੀ ਸੰਵਿਧਾਨ ਹੈ ਉਸ ਨੂੰ ਖਤਮ ਕਰ ਦੇਵੇਗੀ ਬੀਜੇਪੀ ਇਹ ਰਾਹੁਲ ਗਾਂਧੀ ਨੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਵਿਲ ਬੀ ਨੋ ਮੋਰ ਇਫ ਬੀਜੇਪੀ ਐਵਰ ਰਿਪੀਟਸ ਇਹ ਕੱਲ ਦਾ ਰਾਨਸਿਓ ਹੁੰਦਾ ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਜਿਹੜਾ ਬਹੁਤ ਵੱਡਾ ਦੇਸ਼ ਹੈਗਾ ਔਰ ਇਹਦੇ ਵਿੱਚ ਜੇ ਅਸੀਂ ਕਹੀਏ ਤੇ ਅਗਲੇ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਦੀ ਸਰਕਾਰ ਬਣ ਗਈ ਪਰ ਉਸ ਤੋਂ ਬਾਅਦ ਉਹਦੇ ਲੋਕਤੰਤਰ ਦਾ ਜਿਹੜਾ ਹੋਂਦ ਆ ਜਿਹੜੀ ਐਗਜ਼ਿਸਟੈਂਸ ਹੈ ਉਹ ਸਾਡੇ ਅਸੀਂ ਡਿਪੈਂਡੈਂਟ ਆ ਕਨਸਟੀਟਿਊਸ਼ਨ ਤੇ ਆਪਣੇ ਸੰਵਿਧਾਨ ਤੇ ਕਹਿੰਦੇ ਸੰਵਿਧਾਨ ਨੂੰ ਬਿਲਕੁਲ ਨੁਕਰੇ ਲਾ ਕੇ ਰੱਖ ਦੇਣਗੇ ਇਹਨੇ ਇਥੋਂ ਤੱਕ ਕਿਹਾ ਕਿ ਇਹਨੂੰ ਖਤਮ ਨਹੀਂ ਕਰਨਗੇ ਪਾੜ ਕੇ ਸੁੱਟ ਦੇਣਗੇ ਇਸ ਕਰਕੇ ਕੀ ਹੈ ਕਿ ਤਾਨਾਸ਼ਹੀ ਡਿਕਟੇਟਰਸ਼ਿਪ ਤੇ ਜ਼ੋਰਾਂ ਸ਼ੋਰਾਂ ਤੇ ਆ ਗਈ ਹੈ ਜੋ ਕਹਿੰਦੇ ਉਹ ਹੀ ਕਾਨੂੰਨ ਹੁੰਦਾ ਇਹ ਲੋਕਾਂ ਦੀ ਰਾਏ ਕੱਟ ਲੈਂਦੇ ਆ ਔਰ ਉਹਦੇ ਵਿੱਚ ਆਦਿਵਾਸੀ ਜਿਹੜੇ ਵੀ ਲੋਕ ਨੇ ਜਿਹੜੇ ਵਿਚਾਰੇ ਮਨਰੇਗਾ ਕਰ ਰਹੇ ਨੇ ਲੋਕ ਉਹਨਾਂ ਨੂੰ ਇਹਨਾਂ ਨੇ ਇੱਕ ਪਾਸੇ ਲਾ ਕੇ ਕੋ ਜਿਹੜਾ ਉਹਨਾਂ ਦਾ ਰਾਈਟ ਸੀਗਾ ਜਿਹੜਾ ਕਾਂਗਰਸ ਨੇ ਸ਼ੁਰੂ ਕੀਤਾ ਸੀ ਮਨਰੇਗਾ ਡਾਕਟਰ ਮਨਮੋਨ ਸਿੰਘ ਦੇ ਟਾਈਮ ਤੇ ਉਹਨੂੰ ਇਸ ਵੇਲੇ ਇਹਨਾਂ ਨੇ ਅਣਗੌਲਿਆ ਕਰ ਦਿੱਤਾ ਉਸ ਵਾਰ ਜਿਹੜੇ ਆਦਿਵਾਸੀ ਨੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਸੀ ਉਹਨਾਂ ਨੂੰ ਇੱਕ ਪਾਸੇ ਕਰਤਾ ਜਨਗਣਨਾ ਇਹਨਾਂ ਨੇ ਨਹੀਂ ਕਰਵਾਈ ਔਰ ਉਹਦੇ ਵਿੱਚ ਜਿਹੜੇ ਗਰੀਬ ਗੁਰਬੇਜ ਦੇ ਲੋਕ ਨੇ ਜਿਹੜੇ ਬਾਕੀ ਨੇ ਕਹਿੰਦੇ ਚਾਰ ਪੰਜ ਜਿਹੜੇ ਤਨਾੜ ਲੋਕ ਨੇ ਉਹਨਾਂ ਦੀ ਗੱਲ ਸੁਣਦੇ ਆ ਉਹਨਾਂ ਦੇ ਨਾਲ ਹੀ ਸਾਰਾ ਕੁਝ ਹੁੰਦਾ ਸਵਧਾਨ ਉਹਨਾਂ ਦੇ ਹੀ ਜੇਬਾਂ ਵਿੱਚ ਪਾਇਆ ਹੈਗਾ ਉਹ ਜੋ ਕੁਝ ਕਰਦੇ ਆ ਉਹ ਸਾਰਾ ਕੁਝ ਉਹਨਾਂ ਦੇ ਹੀ ਮਨਸੂਬੇ ਨਾਲ ਹੁੰਦਾ ਉਹ ਕਹਿ ਰਹੇ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਕਾਂਗਰਸ ਆਏਗੀ ਤਾਂ ਅਸੀਂ ਉਸੇ ਤਰ੍ਹਾਂ ਚਲਾਵਾਂਗੇ ਜਿਸ ਤਰ੍ਹਾਂ ਅਸੀਂ ਦੇਸ਼ ਨੂੰ ਚਲਾਉਂਦੇ ਰਹੇ ਹਾਂ ਔਰ ਸੰਵਿਧਾਨ ਦੀ ਜਿਹੜੀ ਪ੍ਰੀਅੰਬਲਾ ਪ੍ਰਸਤਾਵਨਾ ਉਹਨੂੰ ਸਿਮੋਖਾ ਕੇ ਕੰਮ ਕਰਾਂਗੇ ਔਰ ਦੇਸ਼ ਨੂੰ ਧਰਮ ਨਿਰਪੱਖਤਾ ਨਾਲ ਚਲਾਵਾਂਗੇ ਸੈਕੂਲਰਿਜ਼ਮ ਨਾਲ ਚਲਾਵਾਂਗੇ ਗੱਲ ਉਹਨਾਂ ਦੀ ਕਿਸੇ ਹੱਦ ਤੱਕ ਠੀਕ ਆ ਪਰ ਇਸ ਵੇਲੇ ਨਾ ਤਾਂ ਕੋਈ ਇਹਨੇ ਕਿੰਨੇ ਗੱਲ ਸੁਣਨੀ ਨਾ ਕਿਸੇ ਨੇ ਮੰਨਣੀ ਆ ਕਨਸਟੀਟਿਊਸ਼ਨ ਦੀ ਜਿਹੜੀ ਗੱਲ ਬਾਅਦ ਚ ਇਹਨਾਂ ਨੇ ਅਪਲਾਈ ਕਿਦਾਂ ਕਰਨਾ ਹੁਣ 10 ਸਾਲਾਂ ਵਿੱਚ ਜੋ ਕੁਝ ਕੀਤਾ ਲੋਕੋ ਚੋਂ ਖੁਸ਼ ਨੇ ਜਾਂ ਨਹੀਂ ਖੁਸ਼ ਉਹ ਲੋਕਾਂ ਨੇ ਦੇਖਣਾ ਹੈਗਾ ਸਿਰਫ ਤੇ ਸਿਰਫ ਰਾਹਲ ਗਾਂਧੀ ਦੇ ਇਸ ਐਲਾਨ ਦੀ ਇਸ ਸਾਰੀ ਪਰਚੋਲ ਦੀ ਗੱਲ ਨਹੀਂ ਸੁਣਨੀ ਕਿਸੇ ਨੇ ਉਹਨਾਂ ਨੇ ਲੋਕਾਂ ਨੇ ਦੇਖਣਾ ਕਿ ਹੁਣ ਤੱਕ ਕੀ ਕਰ ਚੁੱਕੇ ਸਵਿਧਾਨ ਨਾਲ ਕੀ ਐਮੈਂਡਮੈਂਟ ਕਰਤੀਆਂ 370 ਧਾਰਾ ਜਿਹੜੀ ਹੈ ਉਹਨਾਂ ਨੇ ਉੱਥੇ ਖਤਮ ਕਰਤੀ ਸੀ ਜੰ&ਕ ਨੂੰ ਔਰ ਉੱਥੇ ਜੇ ਜੰ&ਕ ਨੂੰ ਡਿਵਾਈਡ ਕਰਤਾ ਸੀ ਉਹਦੇ ਚ ਉੱਚਾ ਸਾਸੂ ਜਿਹੜਾ ਸਾ ਸੁਪਰਦੇਸ਼ ਬਣਾਉਂਦੇ ਉਹਦੇ ਵਿੱਚ ਬਾਕੀ ਸਟੇਟ ਬਣਾਉਂਦੇ ਕਈ ਕੁਝ ਕਰਕੇ ਲੇਹ ਤੱਕ ਇਹਨਾਂ ਨੇ ਬੜਾ ਕੁਝ ਬਣ ਵੰਡਾਈ ਕਰ ਦਿੱਤਾ ਔਰ ਮੇਰਾ ਖਿਆਲ ਕਾਂਗਰਸ ਤੋਂ ਥੋੜੀ ਜੀ ਖਫਾ ਵੀ ਆ ਖੜਕੇ ਸਾਹਿਬ ਦਾ ਵੀ ਇਸੇ ਤਰ੍ਹਾਂ ਦਾ ਅਭਿਆਨ ਸੀਗਾ ਔਰ ਜਿਹੜੇ ਪ੍ਰਧਾਨ ਨੇ ਔਰ ਪੰਜਾਬ ਦੀ ਜਿਹੜੀ ਕਾਂਗਰਸ ਉਹਦਾ ਵੀ ਆਪੋਜੀਸ਼ਨ ਤਾਂ ਕਈ ਕੁਝ ਕਰਦੀ ਹੁੰਦੀ ਹੈ ਔਰ ਦਿਸਾਈਡ ਜੋ ਨਿਆ ਜੋ ਜਸਟਿਸ ਲੈਣਾ ਜਾਂ ਕਰਨਾ ਉਹ ਲੋਕਾਂ ਵੱਲੋਂ ਲੋਕਤੰਤਰ ਨੂੰ ਬਚਾਉਣ ਲਈ ਕੀ ਕਰਨਾ ਇਹ ਐਗਜ਼ੈਕਟਲੀ ਮਤਲਬ ਸਭ ਦੀ ਆਪਣੀ ਆਪਣੀ ਰਾਏ ਹੈ ਹਾਲਾਂਕਿ ਜਿਹੜਾ 64 ਪੇजेस ਦਾ ਮੈਨੀਫੈਸਟੋ ਹੈ ਆ ਕਾਂਗਰਸ ਦਾ ਉਹਦੇ ਵਿੱਚ ਕੋਈ ਅਜੀਹੀ ਗੱਲ ਤਾਂ ਨਹੀਂ ਹੈ ਜਿਹਦੇ ਬਾਰੇ ਕੁਝ ਗਲਤ ਬਿਆਨੀ ਹੋ ਰਹੀ ਹੈ ਪਰ ਫਿਰ ਵੀ ਠੀਕ ਹੈ ਕੋਈ ਵੀ ਰੰਗਤ ਦਿੱਤੀ ਜਾਂਦੀ ਹੈ ਇਲੈਕਸ਼ਨਸ ਨੇ ਦੂਸਰੀ ਗੱਲ ਇਹ ਹੈ ਕਿ ਭਾਜਪਾ ਦਾ ਜੋ ਮੈਨੀਫੈਸਟੋ ਹੈ ਉਹ ਇੰਨਾ ਸੋਲਿਡ ਨਹੀਂ ਦਿਖਾਈ ਦੇ ਰਿਹਾ ਜਿੰਨਾ ਕਾਂਗਰਸ ਦਾ ਦਿਖਾਈ ਦੇ ਰਿਹਾ ਹੈ ਕੀ ਰੀਜ਼ਨਸ ਨੇ ਪਤਾ ਨਹੀਂ ਲੱਗਦਾ ਹੈ ਕਿ ਬੀਜੇਪੀ ਸਿਰਫ ਇੱਕੋ ਹੀ ਇਨਸਾਨ ਦੇ ਉੱਤੇ ਪ੍ਰਾਈਮ ਮਿੰਿਸਟਰ ਮੋਦੀ ਦੇ ਉੱਤੇ ਸਾਰੀ ਇਲੈਕਸ਼ਨਸ ਰੱਖਣਾ ਚਾਹੁੰਦੀ ਹੈ ਉਹ ਜਿੱਤਣਾ ਚਾਹੁੰਦੀ ਹੈ ਔਰ ਬਾਰ-ਬਾਰ ਇੱਕੋ ਹੀ ਗੱਲ ਹੋ ਰਹੀ ਹੈ ਮੋਦੀ ਦੀ ਗਾਰੰਟੀ ਉਹਨੇ ਸਿੰਪਲ ਗੱਲ ਹੋ ਰਹੀ ਹੈ ਔਰ ਲੋਕੀ ਪੁਰਾਣੀ 10 ਸਾਲਾਂ ਦੀ ਕਾਰਗੁਜ਼ਾਰੀ ਪੁੱਛਦੇ ਪਏ ਨੇ ਕਿ ਇਹ ਕਾਰਗੁਜ਼ਾਰੀ ਜੋ ਹੈ ਉਹ ਕਿੱਧਰ ਨੂੰ ਦੇਸ਼ ਨੂੰ ਲੈ ਕੇ ਜਾ ਰਹੀ ਹੈ ਕਿ ਇੰਨਾ ਕਰਜ਼ਾ ਦੇਸ਼ ਦੇ ਉੱਤੇ ਹੋ ਚੁੱਕਾ ਹੈ ਔਰ 올 ਟਾਈਮ ਅਸੀਂ ਸਾਡੀ ਕਰੰਸੀ ਫੇਲ ਹੋ ਚੁੱਕੀ ਹੈ ਡਾਲਰ ਦੇ ਮੁਕਾਬਲੇ ਦੇ ਵਿੱਚ ਪਰ ਕੈਪੀਟਾ ਇਨਕਮ ਲੋ ਹੈ ਹੰਗਰ ਇੰਡੈਕਸ ਸਾਡਾ ਵੱਧ ਚੁੱਕਾ ਹੈ ਗਰੀਬੀ ਰੇਖਾ ਤੋਂ 80 ਕਰੋੜ ਤੋਂ ਜ਼ਿਆਦਾ ਲੋਕ ਨੇ ਜੋ 5 ਕਿਲੋ ਰਾਸ਼ਨ ਦੇ ਉੱਤੇ ਨੇ ਇਕਨੋਮੀ ਇਸ ਵਕਤ ਕਿੱਧਰ ਜਾ ਰਹੀ ਹੈ ਜਿਹਦੇ ਵਿੱਚ ਆਮ ਲੋਕਾਂ ਦੀ ਕਿੰਨੀ ਭਾਗੀਦਾਰੀ ਹੈ ਉਹਨਾਂ ਨੂੰ ਕਿੰਨੀ ਪਰਸੈਂਟ ਮਿਲਦਾ ਹੈ ਇਹ ਸਾਰਾ ਕਾਰਪੋਰੇਟਸ ਕੋਲ ਜਾਂਦਾ ਹੈ ਮਤਲਬ तमाम तरह ਦੀਆਂ ਗੱਲਾਂ ਹੁੰਦੀਆਂ ਨੇ ਚੰਗੀਆਂ ਗੱਲਾਂ ਵੀ ਹੈਗੀਆਂ ਨੇ ਕਿਉਂਕਿ ਹਰ ਪਾਰਟੀ ਹਰ ਗਵਰਨਮੈਂਟ ਚੰਗੇ ਕੰਮ ਕਰਦੀ ਹੈ ਜ਼ਰੂਰ ਕਰਦੀ ਹੈ ਦੂਜੀ ਗੱਲ ਇਹ ਜਿਹੜੀਆਂ ਪਬਲਿਕ ਨੂੰ ਐਕਸਪੈਕਟੇਸ਼ਨਸ ਨੇ ਡੈਮੋਕ੍ਰੇਸੀ ਇਹ ਪਬਲਿਕ ਜ਼ਰੂਰ ਬੋਲੇਗੀ ਔਰ ਬੋਲਣਾ ਉਹਨਾਂ ਦਾ ਹੱਕ ਹੈਗੀ ਹੁਣ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਵਕਤ ਮਾਹੌਲ ਕੀ ਬਣਿਆ ਹੋਇਆ ਹੈ ਇਸ ਵਕਤ ਬੀਜੇਪੀ ਦੀ ਇਲੈਕਸ਼ਨਸ ਦੇ ਵਿੱਚੋਂ ਜਿਹੜੀ ਕੈਂਪੇਨ ਚੱਲਦੀ ਹੈ 400 ਪਾਰ ਦਾ ਨਾਰਾ ਗਾਇਬ ਹੈ ਆਲਮੋਸਟ ਮਿਸਿੰਗ ਹੈ ਔਰ ਕਨਸਟੀਟਿਊਸ਼ਨ ਦੀ ਗੱਲ ਨਹੀਂ ਹੋ ਰਹੀ ਕਿਉਂਕਿ ਉਹ ਬੈਕਫਾਇਰ ਕਰਦੀ ਹੈ ਗੱਲ ਔਰ ਜਿਦਾਂ ਰਾਹੁਲ ਗਾਂਧੀ ਉਸ ਗੱਲ ਨੂੰ ਕੈਸ਼ ਕਰਦੇ ਪਏ ਨੇ ਆਪਣੇ ਹੱਕ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਕਿ ਬੀਜੇਪੀ ਕਨਸਟੀਟਿਊਸ਼ਨ ਨੂੰ ਬਦਲੇਗੀ ਇਹ ਤਮਾਮ ਗੱਲਾਂ ਹੁੰਦੀਆਂ ਪਈਆਂ ਨੇ ਔਰ ਇੱਕ ਅਸੀਂ ਦੇਖਦੇ ਪਏ ਹਾਂ ਕਿ ਕਿਦਾਂ ਨੇਤਾ ਦਲ ਬਦਲ ਕੇ ਪਾਜਪਾ ਜੁਆਇਨ ਕਰਦੇ ਪਏ ਨੇ ਪਾਜਪਾ ਦਾ ਸਾਈਜ਼ ਵਧਦਾ ਪਿਆ ਇਹ ਵੀ ਅਸੀਂ ਦੇਖਦੇ ਪਏ ਹਾਂ ਔਰ ਕਈ ਇਲਾਕਿਆਂ ਦੇ ਵਿੱਚ ਕਈ ਕੈਂਡੀਡੇਟਸ ਨੇ ਆਪਣੇ ਨਾਂ ਵਾਪਸ ਲੈ ਲੈਨੇ ਨਾਮਜ਼ਦਗੀ ਤੋਂ ਔਰ ਪਾਜਪਾ ਦੇ ਨੇਤਾਵਾਂ ਦੇ ਵਿਰੁੱਧ ਜਿਹੜੇ ਖੜੇ ਹੋਏ ਉਹਨਾਂ ਨੇ ਨਾਂ ਵਾਪਸ ਲੈ ਲੈ ਔਰ ਭਾਜਪਾ ਜੁਆਇਨ ਕਰ ਲਈ ਔਰ ਪਾਜਪਾ ਦੇ ਨੇਤਾ ਬਿਨਾਂ ਕਿਸੇ ਵਿਰੋਧ ਤੋਂ ਜੇਤੂ ਹੋ ਗਏ ਸੀ ਇਹ ਵੀ ਦੇਖਦੇ ਪਏ ਹਾਂ ਉਹਦੇ ਉੱਤੇ ਵੀ ਕੁਐਸਚਨ ਮਾਰਕ ਲੱਗਦੇ ਪਏ ਨੇ ਔਰ ਸੁਪਰੀਮ ਕੋਰਟ ਨੇ EVM ਦਾ ਜੋ ਮੁੱਦਾ ਹੈ ਉਹਨੂੰ ਖਾਰਜ ਕਰ ਦਿੱਤਾ ਹੈ ਉਹ ਵੀ ਅਸੀਂ ਦੇਖਦੇ ਪਏ ਹਾਂ ਸੋ ਇਹ तमाम ਗੱਲਾਂ ਦੂਜੇ ਪਾਸੇ ਜਦੋਂ ਕਹਿੰਦੇ ਗਾਰੰਟੀ ਹੈ ਨਾ ਮੋਦੀ ਜੀ ਗਾਰੰਟੀ ਉਹ ਜਿਹੜੀ ਗਾਰੰਟੀ ਹੈ ਤੇ ਕੰਪਨੀ ਪ੍ਰੋਡਕਟ ਤੇ ਦਿੰਦੀਆਂ ਹਨ ਨਾ ਕਿ ਜਿਹੜੇ ਅਸੀਂ ਤੁਸੀਂ ਜਿਹੜਾ ਮੈਨੀਫੈਸਟੋ ਦੇ ਦੋਗੇ ਜਿੱਦਾਂ ਮੰਥਨ ਕਈ ਵਰਡ ਜਿਹੜੇ ਹੈਗੇ ਆ ਉਹ ਪੋਲਿਟਿਕਸ ਅਜੇ ਤੱਕ ਨਹੀਂ ਸੀ ਆਏ ਜਿਹੜੇ ਇਹਨਾਂ ਨੇ ਲੈਣ ਦੇ ਨਾ ਤਾਂ ਕਾਂਗਰਸ ਇਸ ਗੱਲ ਨੂੰ ਬਖਸ਼ਦੀ ਆ ਨਾ ਜਿਹੜੀ ਆਪੋਜੀਸ਼ਨ ਜੀਆਂ ਜੜੀਆਂ ਜਾਂ ਬੀਜੇਪੀ ਹੈਗੀ ਆ ਗਰੰਟੀ ਕਦੀ ਨਹੀਂ ਦਿੱਤੀ ਜਾਂਦੀ ਔਰ ਗਰੰਟੀ ਦਾ ਮਤਲਬ ਇਹ ਨਹੀਂਦਾ ਕਿ ਇਹ ਉਹ ਗਰੰਟੀ ਮੂਵੇਬਲ ਐ ਮੂਵੇਬਲ ਜਿਹੜੀਆਂ ਚੀਜ਼ਾਂ ਨੇ ਜਿੱਦਾਂ ਅਸੀਂ ਖਰੀਦਿਆ ਇਹ ਸੀ ਖਰੀਦਿਆ ਉਹਦੀ ਗਰੰਟੀ 5 ਸਾਲ ਦੀ ਹੋਊਗਾ ਜਾਂ 4 ਸਾਲ ਦੀ ਫਿਰ ਤੁਸੀਂ ਉਹਨੂੰ ਬਣਵਾ ਸਕਦੇ ਜੀ ਗਾਰੰਟੀ ਦਾ ਮਤਲਬ ਹੈਗਾ ਕਿ ਅਸੀਂ ਤੁਹਾਨੂੰ ਅਸੀਂ ਪੱਕੇ ਤੌਰ ਤੇ ਤੁਹਾਡੇ ਨਾਲ ਤੁਹਾਡੇ ਨਾਲ ਜੋ ਚੱਲੇਗਾ ਚੱਲੇਗਾ ਅਸੀਂ ਜਦੋਂ ਵੀ ਨੁਕਸਾਨ ਹੋਗਾ ਅਸੀਂ ਤੁਹਾਡੇ ਨਾਲ ਹੈਨਾ ਅਸੀਂ ਇਹਨੂੰ ਮਰਮਤ ਕਰਾਂਗੇ ਪਰ ਇਹਨਾਂ ਨੇ ਇਹਦੇ ਵਿੱਚ ਕੀ ਹੈ ਪੋਲਿਟਿਕਸ ਇਹ ਵਰਡ ਜਿਹੜਾ ਹੈ ਗੜਾ ਸੂਟੇ ਬਣ ਨਹੀਂ ਇਸ ਕਰਕੇ ਇਹਨੂੰ ਲੋਕਾਂ ਨੇ ਬਹੁਤ ਇਹਦੇ ਚ ਇਹਨਾਂ ਨੇ ਇਹਦਾ ਕਹਿਤਾ ਕਿ ਗਰ ਬਿਲਕੁਲ ਨਿਪਰੇ ਚੜਨ ਵਾਲੀ ਔਰ ਉਹ ਕੁਝ ਕਰਨਾ ਹੋਰ ਵੀ ਨੇ ਜਿਹੜੀਆਂ ਇਹਨਾਂ ਨੇ ਇਸ ਵਿੱਚ ਕੀਤੀਆਂ ਉਹ ਸਾਰੀਆਂ ਪਾਰਟੀਆਂ ਦਿਆਂ ਨਹੀਂ ਕਰ ਰੇ ਪਰ ਇਹਨਾਂ ਨੂੰ ਜਦੋਂ ਲਿਖਦੇ ਨੇ ਆਪਣਾ ਮੈਨੀਫੈਸਟੋ ਕਰਦੇ ਨੇ ਉਹ ਚ ਕਈ ਗੱਲਾਂ ਯਾਦ ਰੱਖਣੀ ਚਾਹੀਦੀਆਂ ਕਿ ਲੋਕ ਕੀ ਚਾਹੁੰਦੇ ਨੇ ਲੋਕਾਂ ਦੀ ਕੀ ਲੋਕਾਂ ਦੀ ਨਬਤ ਜਿਹੜੀਆਂ ਇਹਨਾਂ ਨੂੰ ਟਟੋਲਣੀ ਚਾਹੀਦੀ ਹੈ ਕਿ ਉਹ ਕੀ ਚਾਹੁੰਦੇ ਐਕਚੁਅਲੀ ਬਲਕਾਰ ਜੀ ਸਭ ਨੂੰ ਪਤਾ ਹੈ ਕਿ ਪ੍ਰੈਕਟੀਕਲੀ ਇਹ ਚੀਜ਼ ਆ ਪੋਸੀਬਲ ਨਹੀਂ ਜੋ ਵਾਦਾ ਕੀਤਾ ਜਾ ਰਿਹਾ ਹੈ ਔਰ ਇਹ ਝੂਠ ਹੈ ਸਹੀ ਗੱਲ ਔਰ ਇਹ ਝੂਠ ਦਾ ਪ੍ਰਚਾਰ ਹੈ ਪ੍ਰਚਾਰ ਸਭ ਜਾਣਦੇ ਨੇ ਪਰ ਲਿਖੇ ਬਣਾ ਨੇ ਆਪ ਜਿਹੜੀ ਸਰਕਾਰ ਜੈਨ ਨੂੰ 92 ਸੀਟਾਂ ਲੈ ਕੇ ਬਹੁਤ ਮਤ ਲੈ ਕੇ ਗਵਰਨਮੈਂਟ ਬਣਾ ਕੇ ਬੈਠੀ ਆ ਔਰ ਜਿਹੜੀਆਂ ਚੀਜ਼ਾਂ ਨੇ ਹੁਣ ਬੀਬੀਆਂ ਦਾ ਜੇ ਤੱਕ ਰੋ ਰਹੀਆਂ ਉਹਨਾਂ ਨੂੰ 1000 ਰੁਪਏ ਅਜੇ ਤੱਕ ਨਹੀਂ ਦਿੱਤਾ ਅੱਧੀ ਟਰਮ ਇਹਨਾਂ ਦੀ ਨਿਕਲ ਚੁੱਕੀ ਆ ਔਰ ਉਹ ਤੋਂ ਬਾਅਦ ਜਿਹੜਾ ਐਮਐਸਪੀ ਤੋਂ ਮੁਕਰ ਗਿਆ ਹਨਾ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਇੱਕ ਤਾਂ ਦਿੱਤਾ ਸਿਰਫ ਬਿਜਲੀ ਦਾ ਦਿੱਤਾ ਨਾ ਨੇ ਬਿਜਲੀ ਜਿਹੜੀ ਅਸੀਂ ਸਜ ਨੂੰ ਮਾਫ ਕਰ ਦਿੱਤੀ ਆ ਉਹਦੇ ਤੇ ਲੋਕ ਖੁਸ਼ ਹੈਗੇ ਜਿਸ ਚ ਚਨਕ ਜਨਰਲ ਕੈਟਾਗਰੀ ਆ ਕਿ ਇਹ ਪਹਿਲਾਂ ਤੋਂ ਬਾਕੀ ਦੀ ਹੈ ਸੀ ਜਿਹੜੇ ਗਰੀਬੀ ਰੇਖਾ ਦੇ ਥੱਲੇ ਨੇ ਜਾਂ ਉੱਪਰ ਨੇ ਥੋੜਾ ਬਹੁਤ ਜੜੇ ਹੈਗੇ ਆ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲਮ ਦਿੱਤੀ ਸਾਰੀ ਸਰਕਾਰਾਂ ਦਿੰਦੀ ਸੀ ਕੋਈ 200 ਜੁੰਟ ਉਹਨਾਂ ਦੇ ਮਾਫ਼ ਸੀਗਾ ਔਰ ਹੁਣ ਕਿਸੇ ਜੁੰਟ ਇਹਨਾਂ ਨੇ ਕਰ ਦਿੱਤਾ ਵਾ ਪਰ ਉਹਦੇ ਚ ਚੈਨਲ ਕੈਟਾਗਰੀ ਲਈ ਇੱਕ ਗੱਲ ਤਾਂ ਇਹਨਾਂ ਨੇ ਠੀਕ ਕੀਤੀ ਬਾਕੀ ਜਿਹੜੀ ਮੈਨੀਫੈਸਟੋ ਵਿੱਚ ਹੈ ਤਾਂ ਬਾਕੀ ਦਾ ਜੇ ਉੱਥੇ ਦਾ ਉੱਥੇ ਹੀ ਸਾਰੇ ਦਾ ਸਾਰਾ ਉਹ ਤਾਣਾ ਬਾਣਾ ਜੇ ਉੱਥੇ ਦਾ ਉੱਥੇ ਹੀ ਔਰ ਬਾਕੀ ਢਾਈ ਸਾਲਾਂ ਚ ਕੀ ਕਰਨਗੇ ਕਰਜ਼ੇ ਦੇ ਜਦੋਂ ਕਰਜ਼ਾ ਲੈਂਦੇ ਆ 12000 ਕਰੋੜ ਪਹਿਲੋਂ ਲਿਆ ਸੀਗਾ ਹੁਣ 2500 ਕਰੋੜ ਫਿਰ ਲੈ ਲਿਆ ਹੁਣ ਸਾਰਾ ਕਰਜ਼ਾ ਲੈ ਕੇ ਕੀ ਚਲਾਉਣਗੇ ਤੇ ਇਸ ਵੇਲੇ ਜਿਹੜੇ ਕਰਮਚਾਰੀ ਨੇ ਉਹ ਤਨਖਾਹਾਂ ਢੀਕ ਰਿਹਾ ਵਿਚਾਰੇ ਉਹਨਾਂ ਦੇ ਬੱਚੇ ਵਿਚਾਰੇ ਤਨਖਾਹਾਂ ਦੇ ਭਜਦੇ ਆ ਪੜਦੇ ਆ ਔਰ ਕੀ ਉਹ ਬੱਚਿਆਂ ਨੂੰ ਪਾਲ ਸਕਣਗੇ ਜੇ ਨੌਕਰੀ ਕਰਨਗੇ ਤੇ ਇਹ ਦੇਖੋ ਕਰਮਚਾਰੀਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਬਾਕੀ ਲੋਕਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਔਰ ਕੱਟ ਕਰਨਾ ਘੱਟ ਕਰਨੀ ਚਾਹੀਦੀ ਭ੍ਰਸ਼ਟਾਚਾਰ 올 ਟਾਈਮ ਹਾਈ ਹੈ ਜਿਹੜਾ ਆਉਂਦਾ ਲੁੱਟਣ ਵਾਸਤੇ ਆਉਂਦਾ ਔਰ ਲੁੱਟ ਲਟ ਕੇ ਆਪਣਾ ਬਣਾਉਂਦਾ ਰਹਿੰਦਾ ਔਰ ਇਹ ਸਭ ਚੀਜ਼ਾਂ ਨੇ ਔਰ ਬਾਕੀ ਥਾਂ ਤੇ ਉੱਤੇ ਉੱਤੇ ਝੂਠ ਦਾ ਪ੍ਰਚਾਰ ਹੈ ਅਸੀਂ ਆ ਕਰ ਦਿੱਤਾ ਸੀ ਉਹ ਕਰ ਦਿੱਤਾ ਪ੍ਰੈਕਟੀਕਲੀ ਦੱਸੋ ਨਾ ਕੀ ਹੋਇਆ ਪ੍ਰੈਕਟੀਕਲੀ ਗਰਾਊਂਡ ਦੇ ਉੱਤੇ ਤਾਂ ਰਿਐਲਿਟੀ ਕੁਝ ਹੋਰ ਹੈ ਹਾਂ ਮਾਰਕੀਟਿੰਗ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੀ ਜਾਓ ਦਿਸ ਇਜ਼ ਬੇਸਿਕਲੀ ਪੋਲਿਟੀਕਲ ਮਾਰਕੀਟਿੰਗ ਐਂਡ ਇਹਨੂੰ ਆਪਾਂ ਕਹਾਵਾਂਗੇ ਮਾਰਕੀਟਿੰਗ ਆਫ ਪਿਕਚਰਸ ਹਰ ਥਾਂ ਤੇ ਤਸਵੀਰਾਂ ਦੇਖਦੇ ਹੋ ਲੋਕਾਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਤਸਵੀਰਾਂ ਦਿਖਾ ਦਿਖਾ ਕੇ ਕਿ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਹਾਲਾਂਕਿ ਜਿੱਤੇ ਨਹੀਂ ਹੋ ਹਲੇ ਤਾਂ ਖੇਡ ਸ਼ੁਰੂ ਹੀ ਨਹੀਂ ਹੋਈ ਜਿਤਨਾ ਕਿੱਥੋਂ ਹੈ ਸੋ ਇਹ ਗੱਲਾਂ ਜਿਹੜੀਆਂ ਨੇ ਨਾ ਦੇਸ਼ ਦੇ ਹੱਕ ਵਿੱਚ ਨੇ ਨਾ ਲੋਕਾਂ ਦੇ ਹੱਕ ਦੇ ਵਿੱਚ ਨੇ ਆਪਾਂ ਅੱਗੇ ਚੱਲਦੇ ਆ ਤੁਸੀਂ ਮੰਨਰੇਗਾ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਗੱਲ ਹੋਇਆ ਇਹਦੇ ਵਿੱਚ ਮਿਹਨਤ ਕਸ਼ ਲੋਕਾਂ ਦੀ ਗੱਲ ਹੈ ਦਿਹਾੜੀਦਾਰ ਮਜ਼ਦੂਰਾਂ ਦੀ ਗੱਲ ਹੈ 1 ਮਈ ਜੋ ਅੱਜ 1 ਮਈ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਆ 1 ਮਈ ਨੂੰ ਤੇ ਇਹ ਮਜ਼ਦੂਰ ਦਿਵਸ ਹੈ ਔਰ ਇਸ ਨੂੰ ਮਿਹਨਤ ਕਸ਼ ਲੋਕਾਂ ਦਾ ਦਿਵਸ ਕਿਹਾ ਜਾਂਦਾ ਹੈ ਔਰ ਅਮਰੀਕਾ ਤੋਂ ਇਹ ਸ਼ੁਰੂਆਤ ਹੋਈ ਹੈ ਪਰ ਅਜਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਜਿਹੜਾ ਅਸੀਂ ਪਹਿਲਾਂ ਕੈਨੇਡਾ ਦੇ ਵਿੱਚ 24 ਘੰਟੇ ਕੰਮ ਦੀ ਗੱਲ ਕੀਤੀ ਕਿੰਨੇ ਘੰਟੇ ਕੰਮ ਕਰਨਾ ਹੈ ਕਿੰਨੇ ਘੰਟੇ ਦਾ ਹਫਤਾ ਹੋਣਾ ਚਾਹੀਦਾ ਇਹ ਸਭ ਕੁਝ ਇਹਦੇ ਵਿੱਚ ਆਇਆ ਸੀ ਸੋ ਅੱਜ ਦੇ ਦਿਨ ਦੇ ਵਿੱਚ ਇਹ ਕਿੱਥੇ ਖੜਾ ਹੈ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਜੇ ਇਹ ਚੀਜ਼ ਸੋਲਿਡ ਹੈ ਇਸੇ ਵਿਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਸੋਲਿਡ ਨੇ ਤਾਂ ਦੇਸ਼ ਵੀ ਸੋਲਿਡ ਹੈ ਹਾਂ ਇਹ ਸਾਡੇ ਦਰਸ਼ਕ ਜਾਣਦੇ ਸਾਰੇ ਕਿ ਇਹ ਜਿਹੜਾ ਪਹਿਲੀ ਮਈ ਆ ਇਸ ਦਿਨ ਨੂੰ ਜਿਹੜਾ ਹੈ ਗੱਲੇ ਵੱਡੇ ਦੇ ਨਾਲ ਮਨਾਇਆ ਜਾਂਦਾ ਹੈ ਕਿ ਸ਼ਿਕਾਗੋ ਅਮਰੀਕਾ ਦੇ ਇੱਕ ਕੰਪਨੀ ਦੇ ਵਿੱਚ 1886 ਮਤਲਬ 138 ਸਾਲ ਪੁਰਾਣਾ ਕਾਲ ਜਿਹਦੇ ਵਿੱਚ ਉਹ ਲੋਕਾਂ ਨੇ ਆਪਣਾ ਹੱਕ ਮੰਗਿਆ ਸੀਗਾ ਹਜ਼ਾਰੇਦਾਰੀ ਪੂੰਜੀਵਾਦ ਜਿਹੜੇ ਵੀ ਕੰਪਨੀਆਂ ਦੇ ਮਾਲਕ ਸੀ ਉਹਨਾਂ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਰੁਕਸਤ ਕੀਤਾ ਤੋਂ ਔਰ ਮਾਰਿਆ ਕੁੱਟਿਆ ਗੋਲੀ ਚਲਾਈ ਔਰ ਉਹਦੇ ਵਿੱਚ ਉਹਨਾਂ ਨੂੰ ਉਹ ਮੰਗਦੇ ਸੀਗੇ ਕਿ ਅਸੀਂ 8 ਘੰਟੇ ਕੰਮ ਕਰਾਂਗੇ ਉਹ ਕਹਿੰਦੇ ਸੀ 18 ਘੰਟੇ ਕੰਮ ਕਰਨਾ 18 ਘੰਟੇ ਔਰ ਪੇਮੈਂਟ ਉਹ ਨਹੀਂ ਆ ਜਿਹਨੇ ਪਹਿਲੇ ਵੀ ਆਪ ਜਿਹੜੇ 18 ਘੰਟੇ ਕਰਾਉਣਾ ਤੇ ਉਹਦਾ ਸਾਰਾ ਮੁਆਵਜ਼ਾ ਤੇ ਦਿਓ ਪੈਸਾ ਤਾਂ ਦਿਓ ਉਹ ਮੰਗਦੇ ਸੀ ਪੈਸਾ ਲੇਬਰ ਲੋਗ ਔਰ ਜਿਹੜੇ ਤਨਾਡ ਸੀਗੇ ਜਿਹੜੇ ਵੀ ਪੂੰਜੀਵਾਦੀ ਸੀਗੇ ਉਹ ਇਹਨਾਂ ਗੱਲ ਤੇ ਨਹੀਂ ਸੀ ਆਉਂਦੇ ਫਿਰ ਉਹਨਾਂ ਨੇ ਗੋਲੀ ਚਲਾਈ ਕੁਝ ਲੋਕ ਮਾਰੇ ਵੀ ਗਏ ਕਿਆਸੀ ਲੋਕ ਤਥਾਂੇ ਮਾਰ ਦਿੱਤੇ ਸੀ ਉਹਨਾਂ ਨੇ ਔਰ ਉਸ ਤੋਂ ਬਾਅਦ ਕੰਪਨੀ ਜਿਹੜੀ ਆ ਬੰਦ ਹੋਈ ਬੰਦ ਹੋਣ ਤੋਂ ਬਾਅਦ ਕੋਰਟ ਕੇਸ ਚਲੇ ਬੜਾ ਕੁਝ ਹੋਇਆ ਕਈਆਂ ਨੂੰ ਫਾਂਸੀ ਵੀ ਹੋਈ ਕਈਆਂ ਨੂੰ ਕੋਈ ਬੜਾ ਕੁਝ ਹੋਇਆ ਉਹ ਦਿਨ ਜਿਹੜਾ ਹੈਗਾ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ ਮਜ਼ਦੂਰ ਲੋਕਾਂ ਆਰ ਮਜ਼ਦੂਰਾਂ ਦਾ ਪਾੜਾ ਔਰ ਤਕੜੇ ਤਣਾੜ ਦਾ ਅਜੇ ਤੱਕ ਪਾੜਾ ਨਹੀਂ ਮਿਟਿਆ ਨਾ ਇੰਡੀਆ ਚ ਮਿਟਿਆ ਨਾ ਅਮਰੀਕਾ ਚ ਮਿੜਿਆ ਮਿਟਿਆ ਔਰ ਨਾ ਕੈਨੇਡਾ ਚ ਅਜਿਸੀ ਤਰ੍ਹਾਂ ਜਿਹੜੇ ਹੁਣ ਗੱਲ ਕੀਤੀ ਤੁਸੀਂ ਔਰ ਉਹਦੇ ਵਿੱਚ ਇਹ ਕੀਤਾ ਕਿ ਜਿਹੜੇ ਲੋਕ ਅਜੇ ਸਾਡੇ ਇੰਡੀਆ ਵਿੱਚ ਬਿਲੋ ਪਾਵਰਟੀ ਲਾਈਨ ਉਹ ਚਾਹ ਰਹੇ ਜੀ ਰੋਟੀ ਨੂੰ ਤਰਸਦੇ ਆ ਉਹ ਅਜੇ ਵੀ ਘਰ ਨੂੰ ਤਰਸਦੇ ਆ ਉਹਨਾਂ ਨੂੰ ਅਜੇ ਵੀ ਛੱਤ ਨਹੀਂ ਮਿਲੀ ਕੰਮ ਸਾਰੀ ਦਿਹਾੜੀ ਕਰਦੇ ਆ ਮਨੇਗਾ ਦੀ ਆਪਾਂ ਗੱਲ ਕੀਤੀ ਸੀ ਇਹ ਕਾਂਗਰਸ ਨੇ ਸ਼ੁਰੂ ਕੀਤਾ ਸੀ ਡਾਕਟਰ ਮਨਵੰਨ ਸਿੰਘ ਬਣਾ ਰਹੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਕੰਮ ਦਿੱਤਾ ਜਾਊਗਾ ਉਹਨਾਂ ਦੀ ਫਿਕਸ ਜਿਹੜੀ ਹੈਗੀ ਉਹ ਦਿਹਾੜੀ ਹੋਊਗੀ ਔਰ ਉਹਨਾਂ ਦੇ ਜਿਹੜਾ ਪੈਸਾ ਉਹਨਾਂ ਦੇ ਜਾਊਗਾ ਅਕਾਊਂਟ ਦੇ ਵਿੱਚ ਉਹ ਵੀ ਜਿਹੜਾ ਕੰਮ ਸੀਗਾ ਹੌਲੀ ਹੌਲੀ ਇਹਨਾਂ ਨੇ ਉਹ ਵੀ ਬੰਦੀ ਕਰਤਾ ਕਿਉਂਕਿ ਜੇ ਅਸੀਂ ਮਨੇਗਾ ਪੰਜਾਬ 'ਚ ਕਰਾਉਨੇ ਆ ਇੱਥੇ ਸੈਂਟਰ ਹੀ ਸਹਾ ਦੇਊਗਾ ਔਰ ਸੈਂਟਰ ਨੇ ਤੇ ਸਾਰੇ ਦੇ ਸਾਰੇ ਸਹੂਤਾ ਹੀ ਬੰਦ ਕਰਤੀ ਪੰਜਾਬ ਲਈ ਕਿਉਂਕਿ ਉੱਥੇ ਜਿਹੜੀ ਹੈ ਇਹਨਾਂ ਦੀ ਸਰਕਾਰ ਨਹੀਂ ਹੈਗੀ ਹਰਿਆਣੇ ਨੂੰ ਦੇ ਦੇ ਸਕਦੇ ਆ ਔਰ ਜਿਹੜੇ ਜਿਹੜੇ ਬਾਕੀ ਪੱਛਮੀ ਬੰਗਾਲ ਨੂੰ ਨਹੀਂ ਦੇਣਗੇ ਔਰ ਜਿਹੜੇ ਜਿਹੜੇ ਜਿੱਥੇ ਨਹੀਂ ਇਹਨਾਂ ਦੀ ਸਰਕਾਰਾਂ ਉੱਥੇ ਨਹੀਂ ਦਿੰਦੇ ਇਸ ਕਰਕੇ ਨਰੇਗਾ ਵੀ ਇੰਡੀਆ ਚ ਬੰਦ ਕਰ ਦਿੱਤਾ ਗਿਆ ਬੰਦ ਕਰਨਾ ਮਤਲਬ ਹੈ ਕਿ ਚੱਲਦਾ ਹੀ ਨਹੀਂਗਾ ਜਿੱਥੇ ਦਿਹਾੜੀ ਨਹੀਂ ਦੇਦੀ ਪੈਸਾ ਨਹੀਂ ਹੈ ਸਰਕਾਰ ਕਹਿੰਦੇ ਵੀ ਸਾਡੋ ਕੋਈ ਨਹੀਂ ਕੁਝ ਵੀ ਅਸੀਂ ਸਹੂਲਤ ਨਹੀਂ ਦੇਵਾਂਗੇ ਦੂਜੀ ਗੱਲ ਇਹ ਹੈਗੀ ਕਿ ਜਿੱਥੇ ਵੀ ਜ਼ਾਰੇਦਾਰੀ ਜਿੱਥੇ ਵੀ ਪੂੰਜੀਵਾਦੀ ਗਈ ਆ ਉੱਥੇ ਲੋਕਾਂ ਦਾ ਹਾਲ ਜਿਹੜਾ ਰਹਿਣ ਦਾ ਹਾਲ ਆ ਉਹ ਬਹੁਤ ਮਾੜਾ ਰਿਹਾ ਔਰ ਅਮਰੀਕਾ ਚ ਵੀ ਇਹ ਜੇ ਹੈਗਾ ਬਹੁਤ ਲੋਕ ਗਰੀਬ ਨੇ ਜਿਹੜੇ ਵਿਚਾਰੇ ਪੁਣ ਪੜਨੀ ਸਤਾਂ ਥਲੇ ਬੈਠੇ ਤੁਹਾਨੂੰ ਦਿਖਾਈ ਦੇਣਗੇ ਜਿਹਨਾਂ ਕੋ ਕਪੜਾ ਨਹੀਂ ਪਾਉਣ ਲਈ ਲੋਕਾਂ ਨੂੰ ਕੰਬਲ ਦਿੰਦੇ ਆ ਪੈਸੇ ਦਿੰਦੇ ਆ ਖਾਣਾ ਦਿੰਦੇ ਆ ਇੰਡੀਆ ਚ ਵੀ ਬਹੁਤ ਬੈਕਰਸ ਨੇ ਸਾਰੇ ਦੇਸ਼ਾਂ ਚ ਬੈਠੇ ਨੇ ਕੁਝ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕੰਟਰੋਲ ਕਰ ਲਈ ਜਿਹੜੇ ਸਾਸਤਿਕ ਨੇ ਜਾਨੀਆਂ ਗਵਰਨਮੈਂਟ ਨੇ ਉਹ ਬਹੁਤ ਬਹੁਤ ਧਿਆਨ ਨਹੀਂ ਦੇ ਰਹੀਆਂ ਔਰ ਉਹ ਕਹਿੰਦੇ ਨੇ ਪਹਿਲਾਂ ਦੇ ਨੇ ਮੂਲ ਨਿਵਾਸੀ ਵੀ ਉਥੋਂ ਦੇ ਇਤਾਂ ਜਿੱਦਾਂ ਦੇ ਪਰ ਉਹਨਾਂ ਨੂੰ ਟੈਕਸ ਮਿਲਦੇ ਆ ਨਿਊਜ਼ੀਲੈਂਡ ਚ ਵੀ ਟੈਕਸ ਮਿਲਦੇ ਆ ਮੋਰੀ ਜਿਹੜੀ ਨੇ ਉੱਥੇ ਹਰ ਕੰਟਰੀ ਚ ਬੈਠੇ ਪਰ ਇਹ ਅੱਜ ਦਾ ਦਿਨ ਜਿਹ ਖਾਸ ਕਰਕੇ ਮਜ਼ਦੂਰਾਂ ਲਈ ਗਿਣਿਆ ਜਾਂਦਾ ਸੀਗਾ ਮਜ਼ਦੂਰਾਂ ਵੱਲੋਂ ਨਾਰਾ ਵੀ ਸੀਗਾ ਕਿ ਇੱਕ ਜੁੱਟ ਹੋ ਜਾਓ ਜੇ ਅਸੀਂ ਕੰਮ ਕਮਾਈ ਕਰਨੀ ਹੈ ਤੇ ਕੰਮ ਉਹਨਾਂ ਕੋਲ ਲੈਂਦੇ ਸੀ ਜ਼ਿਆਦਾ ਔਰ ਪੈਸਾ ਨਹੀਂ ਸੀ ਦਿੰਦੇ ਔਰ ਮਾਰਕਸਵਾਦ ਵਿੱਚ ਜਦੋਂ ਵੀ ਕਿਹਾ Karl Marx ਨੇ ਇਸੇ ਕਰਕੇ ਕਿ ਕਿ ਮਜ਼ਦੂਰ ਦਾ ਪੈਸਾ ਉਹਦਾ ਮੁਰਕਾ ਸੁੱਕਣ ਤੋਂ ਪਹਿਲਾਂ ਉਹਦੇ ਸਪੁਰਦ ਕਰ ਦਿਓ ਨਹੀਂ ਹੈਗਾ ਕਿ ਇੱਕ ਬ੍ਰੈਡ ਖਾ ਰਿਹਾ ਤੇ ਇੱਕ ਸੁੱਕੀ ਰੋਟੀ ਖਾ ਰਿਹਾ ਇਹ ਕਦੀ ਨਹੀਂ ਹੋ ਸਕਦਾ ਬਰਾਬਰਤਾ ਕੁਆਲਿਟੀ ਹੈ ਨਾ ਸਾਰੇ ਲੋਕ ਇਕੱਠੇ ਹੋਣੇ ਚਾਹੀਦੇ ਇਹ ਨਾਰਾ ਸੀ ਉਹਨਾਂ ਦਾ ਤਦੇ ਆਏ ਫਿਰ ਸਕਾਡਰ ਆਏ ਔਰ ਚੁਪੋਟਰੀ ਲਿਖੀ ਗਈ ਨਾਵਲ ਆਏ ਇਹਨਾਂ ਗਰੀਬਾਂ ਨੂੰ ਤਾਂ ਚੁੱਕਣ ਲਈ ਪਰ ਫਿਰ ਵੀ ਕਈ ਕੁਝ ਕਿਹਾ ਗਿਆ ਕਈ ਕਈ ਲੜਾਈਆਂ ਹੋਈਆਂ ਕਈ ਫਾਂਸੀਆਂ ਹੋਈਆਂ ਕਈ ਕਤਲੋਕਾਰਤ ਹੋਈ ਪਰ ਫਿਰ ਵੀ ਲੋਕ ਉੱਤੇ ਉੱਤੇ ਹੀ ਆ ਅੱਜ ਵੀ ਆਪਾਂ ਇੰਡੀਆ ਚ ਖੁਦ ਵੇਖ ਰਹੇ ਆਂ ਆਪਣੀ ਅੱਖ ਨਾਲ ਯਾ ਇੱਕ ਬਹੁਤ ਪਿਆਰਾ ਨੋਵਲ ਹੈ ਅੰਕਲ ਟੌਮਸ ਕੈਬਨ ਹਾਂ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਹੋਈਆਂ ਨੇ ਗੁਲਾਮੀ ਦੀਆਂ ਔਰ ਇਹ ਗੁਲਾਮੀ ਦੇ ਵਿੱਚ ਕਿਦਾਂ ਉਹ ਇਨਸਾਨ ਜੋ ਵਾਕਈ ਸਾਡੇ ਇਨਸਾਨ ਨੇ ਸਾਡੇ ਵਾਕਈ ਇਨਸਾਨ ਨੇ ਪਰ ਉਹਨਾਂ ਨੂੰ ਕਿਦਾਂ ਜਾਨਵਰਾਂ ਵਾਂਗ ਟਰੀਟ ਕੀਤਾ ਜਾਂਦਾ ਐਥੋਂ ਤੱਕ ਕਿ ਹੈਂਟਰ ਦੇ ਨਾਲ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਬਹੁਤ ਗੁਲਾਮੀ ਬਹੁਤ ਕੁਝ ਹੈ ਮਤਲਬ ਜੇ ਗੱਲ ਕਰਨ ਬੈਠੋ ਤਾਂ ਬੰਦਾ ਸੋਚਦਾ ਕਿ ਇਨਸਾਨ ਇਸ ਕਦਰ ਗਿਰਿਆ ਹੋਇਆ ਵੀ ਹੋ ਸਕਦਾ ਜਿਹੜੇ ਸਲੇਵ ਸੀ ਇੱਕ ਇਦਾਂ ਦੇ ਵੀ ਸੀਗੇ ਉਹਨਾਂ ਨੂੰ ਰੱਖਦੇ ਸੀ ਉਹਨਾਂ ਦੇ ਪਿੰਡਿਆਂ ਦੇ ਉੱਤੇ ਗਰਮ ਲਾ ਕੇ ਉਹ ਹੀ ਸੀ ਅੰਕਲ ਟੌਮਸ ਕੈਬਨ ਦੇ ਵਿੱਚ ਹੀ ਉਹ ਰਹਦੇ ਸੀ ਉਹਨਾਂ ਦਾ ਉਹਨਾਂ ਕੋਲ ਹਮੇਸ਼ਾ ਕੰਮ ਲੈਂਦੇ ਸੀ ਔਰ ਕੁਝ ਨਹੀਂ ਸੀ ਰੋਟੀ ਖਾਉਂਦੇ ਸੀ ਕੰਮ ਦਿੰਦੇ ਸੀ ਸਾਰਾ ਕੁਝ ਸੀ ਕੋਈ ਕਪੜਾ ਪਾਉਣ ਲਈ ਕੁਝ ਨਹੀਂ ਉਹਨਾਂ ਤੇ ਨਿਸ਼ਾਨੀ ਲਾਉਂਦੇ ਸੀ ਵੀ ਸਾਡੇ ਸਲੇਬ ਸਾਡੇ ਬਸ ਰੱਖੇ ਬੰਦੇ ਕੰਮ ਹੈ ਬਸ ਯੈਸ ਐਗਜ਼ੈਕਟਲੀ ਬਹੁਤ ਅਜੀਬ ਰਿਹਾ ਹੈ ਸਾਡਾ ਸਮਾਜ ਜੀ 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 ਪਰ ਇਹ ਹੁਣ ਜਦੋਂ ਅਮਰੀਕਾ ਨੂੰ ਆਜ਼ਾਦੀ ਮਿਲੀ ਕੈਨੇਡਾ ਨੂੰ ਆਜ਼ਾਦੀ ਮਿਲੀ ਮਤਲਬ ਇਹ ਸਭ ਆਜ਼ਾਦੀ ਤਾਂ ਹਰੇਕ ਨੂੰ ਮਿਲੀ ਹੈ ਆ ਮਾੜੀ ਸੋਚ ਤੋਂ ਪਰ ਉਹਨਾਂ ਨੂੰ ਆਜ਼ਾਦੀ ਨਹੀਂ ਮਿਲੀ ਜਿਹੜੇ ਗਰੀਬ ਲੋਕ ਨੇ ਆਜ਼ਾਦੀ ਤਕੜੇ ਦੀ ਹੈ ਜਿੱਦ ਕੋ ਡੰਡਾ ਜਿਹੜਾ ਕਾਇਮ ਆ ਜਿਹੜਾ ਸਾਰੇ ਪਾਸੇ ਜਿਹਦਾ ਬੋਲ ਪਾਲਾ ਵਾ ਗਰੀਬ ਦੀ ਕੋਈ ਆਜ਼ਾਦੀ ਨਹੀਂ ਜਿਹਨੇ ਵਿਚਾਰੇ ਨੇ ਕੰਮ ਕਰਕੇ ਖਾਣਾ ਜਿਹੜਾ ਤਨਾੜ ਦੇ ਥੱਲੇ ਆ ਉਹਦੇ ਹੁਕਮ ਨਾਲ ਚੱਲਣਾ ਉਹ ਲੋਕ ਕਹਿੰਦੇ ਨੇ ਇਹਨੂੰ ਤਾਂ ਅੰਗਰੇਜ਼ ਚੰਗੇ ਸੀ ਉਸ ਟਾਈਮ ਤੇ ਅਸੀਂ ਬ੍ਰਿਟਿਸ਼ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਸੀ ਸਾਨੂੰ ਸਾਰੇ ਲੋਕ ਇਹਦੇ ਕਹਿੰਦੇ ਨੇ ਹਾਂ ਇਹ ਲੋਕ ਕਹਿੰਦੇ ਜਿਹੜੇ ਗਰੀਬ ਲੋਕ ਨੇ ਜਿਹੜੀ ਆਜ਼ਾਦੀ ਆ ਇਹ ਤਕੜੀ ਦੀ ਆ ਇਹ ਮਹਿਲ ਮਨਾਰਿਆਂ ਵਾਲੀ ਦੀ ਆਜ਼ਾਦੀ ਆ ਜਿਹੜੇ ਟਾਰਿਆਂ ਚ ਤੇ ਸ਼ੰਨਾ ਚ ਤੇ ਜਿਹੜੇ ਛੋਟੀਆਂ ਘਰਾਂ ਚ ਰਹਿੰਦੇ ਉਹਨਾਂ ਦੀ ਆਜ਼ਾਦੀ ਕੋਈ ਨਹੀਂ ਆਜ਼ਾਦੀ ਵੱਡੇ ਲੋਕਾਂ ਦੀ ਦੇ ਕੋ ਆਜ਼ਾਦੀ ਵਾਸਤੇ ਕੋਸ਼ਿਸ਼ ਹੋਈ ਔਰ ਕਨਸਟੀਟਿਊਸ਼ਨ ਉਸ ਦੀ ਸਾਨੂੰ ਇਜਾਜ਼ਤ ਵੀ ਦਿੰਦਾ ਸਾਨੂੰ ਹੱਕ ਵੀ ਦਿੰਦਾ ਹੈ ਔਰ ਆਜ਼ਾਦੀ ਹੀ ਹੈ ਅਸੀਂ ਅਜੀ ਇਲੈਕਸ਼ਨਸ ਦੇ ਵਿੱਚ ਆਪਣੀ ਵੋਟ ਪਾਉਣੇ ਆ ਤਾਂ ਮੁੱਖ ਚੋਣ ਕਮਿਸ਼ਨ ਜੋ ਹੈ ਉਹਨਾਂ ਵੱਲੋਂ ਇੱਕ ਨਵੀ ਕਲੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਕਿ ਬੀ ਐਲ ਲੋਸ ਉਹ ਕਰਕਰ ਜਾਣਗੇ ਤੁਹਾਡਾ ਚੋਣ ਕਾਰਡ ਲੈ ਕੇ ਕਿ ਤੁਸੀਂ ਚੋਣਾਂ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ ਵੋਟ ਪਾਓ ਚੋਣ ਕਾਰਡ ਹੁਣ ਤੁਹਾਡੇ ਘਰ ਘਰ ਪਹੁੰਚੇਗਾ ਇਹ ਚੌੜੇ ਕਮਿਸ਼ਨ ਪੰਜਾਬ ਵੱਲੋਂ ਇੱਕ ਪਹਿਲਾ ਜਿਹੜੀ ਪਹਿਲ ਕਦਮੀ ਕੀਤੀ ਆ ਉਹਦੇ ਵਿੱਚ ਇਹ ਕੀਤਾ ਕਿ ਲੋਕਾਂ ਨੂੰ ਇਨਵਿਟੇਸ਼ਨ ਦਿੱਤਾ ਜਾ ਕਿ ਜਿਸ ਤਰ੍ਹਾਂ ਉਤਸਵ ਲਈ ਬੁਲਾਉਂਦੇ ਆ ਇਹ ਲੋਕਤੰਤਰ ਦਾ ਮਹਾ ਉਤਸਵਾ ਉਹਦੇ ਲਈ ਬੁਲਾਉ ਬਲਾਵਾ ਦੇਣ ਲਈ ਜਿਹੜੇ ਵੀ ਅਧਿਕਾਰੀ ਜਾਣਗੇ ਬੀ ਐਲ ਉਸ ਉਹਨਾਂ ਨੂੰ ਉਹਨਾਂ ਨੇ ਡਿਊਟੀ ਲਾਤੀ ਆ ਉਹ ਇੱਕ ਕਾਰਡ ਰੂਪੀ ਬਣਾਉਣਗੇ ਜਿਹਦੇ ਵਿੱਚ ਉਹਦਾ ਨਾਮ ਲਿਖਿਆ ਹੋਊਗਾ ਉਹਦੇ ਵਿੱਚ ਉਹਦਾ 부ਥ ਨੰਬਰ ਲਿਖਿਆ ਹੋਊਗਾ ਉਹਦੇ ਵਿੱਚ ਉਹਦਾ ਕੋਡ ਲਿਖਿਆ ਹੋਊਗਾ ਤੇ ਉਹ ਕੋਟ ਦੇ ਰਹੀਂ ਉਹਨਾਂ ਨੂੰ ਬੁਲਾਇਆ ਜਾਊਗਾ ਕਿ ਆਹ ਤਰੀਕ ਤੁਹਾਡੀ ਆ ਬੂਥ ਨੰਬਰ ਹੈ ਔਰ ਤੁਸੀਂ ਇੱਥੇ ਆਉਣਾ ਤੁਹਾਨੂੰ ਅਸੀਂ ਖੁੱਲਾ ਤੇ ਪਿਆਰ ਤੇ ਨਿਗਾ ਸਦਾ ਦੇ ਰਿਹਾ ਬਹੁਤ ਅੱਛੀ ਗੱਲ ਹੈ ਕਿਉਂਕਿ ਲੋਕ ਉਹ ਉਹਨਾਂ ਦੀ ਮਰਜ਼ੀ ਹੈ ਵੋਟ ਜਿਹਨੂੰ ਮਰਜ਼ੀ ਪਾਉਣ ਹੁਣ ਕਮਿਸ਼ਨ ਤਾਂ ਇੱਕ ਸਾਂਝਾ ਔਰ ਅਧਿਕਾਰੀ ਹੈ ਔਰ ਗਵਰਨਮੈਂਟ ਦੀ ਜਿਹੜੀ ਆ ਰਮਾਨਗੀ ਜਾਂ ਮਸ਼ੀਨਰੀ ਚਲਾਉਣ ਵਾਲੇ ਲੋਕ ਨੇ ਉਹਨਾਂ ਨੇ ਕਹਿਤਾ ਕਿ ਹਰ ਬੰਦੇ ਨੂੰ ਹਰ ਵੋਟਰ ਨੂੰ ਬੜੇ ਪਿਆਰ ਮੁਹੱਬਤ ਨਾਲ ਸਤਿਕਾਰ ਨਾਲ ਬੁਲਾਵਾਂਗੇ ਔਰ ਇਹ ਚੰਗੀ ਗੱਲ ਹੈ ਜੇਦੋ ਕਾਰਡ ਚਲ ਜੂਗਾ ਕਈ ਜਿਹੜੇ ਨਹੀਂ ਵੀ ਜਾਂਦੇ ਉਹ ਵੀ ਜਾਣਗੇ ਜਿਹੜੇ ਜਾਣਗੇ ਵੀ ਕਾਰਡ ਆਇਆ ਹੈ ਵੇ ਹੁਣ ਜਾਣਾ ਪੈਣਾ ਵਾ ਆ ਵੇ ਕਬੂਤਰ ਨੰਬਰ ਆਗਾ ਸਾਨੂੰ ਲੱਭਣ ਦੀ ਲੋੜ ਨਹੀਂ ਹੈਗੀ ਆ ਸਾਡਾ ਨਾਮ ਆ ਪਰਚੀ ਵੀ ਕਰੇ ਆਉਗੀ ਤੁਸੀਂ ਸਿੱਧੇ ਸਿੱਧੇ ਜਾ ਕੇ ਉੱਤੇ ਆਪਣਾ ਪਾ ਸਕਦੇ ਜੇ ਇਹ ਕਈ ਲੋਕ ਵਿਚਾਰੇ ਸ਼ਰਮਾਉਂਦੇ ਨਹੀਂ ਜਾਂਦੇ ਇਸ ਕਰਕੇ ਕਿ ਉੱਥੇ ਬੂਥਾਂ ਦੇ ਜਿਹੜੇ ਹਨ ਉਹਨਾਂ ਨੇ ਆਪਣੇ ਗਰੁੱਪ ਬਣਾਏ ਹੁੰਦੇ ਆ ਉਹਨਾਂ ਨੇ ਟੈਂਟ ਲਾਏ ਹੁੰਦੇ ਆ ਪੀ ਆ ਕਾਂਗਰਸ ਦਾ ਵਾ ਆਕਾਲੀਆਂ ਦਾ ਵਾ ਇਹ ਭਾਜੀਪੀ ਦਾ ਵਾ ਉਹ ਆਪਣੇ ਆਪਣੇ ਲਾ ਕੇ ਉੱਥੋਂ ਪਰਚੀਆਂ ਕੱਢ ਕੇ ਕੱਟ ਕੇ ਦਿੰਦੇ ਆ ਕਈ ਲੋਕ ਨਹੀਂ ਦਿੰਦੇ ਜਾਂਦੇ ਉਹ ਜਾਂਦੇ ਸਿੱਧਾ ਵੋਟ ਪਾਉਣ ਲਈ ਇਸ ਕਰਕੇ ਇਹਨਾਂ ਨੇ ਕਿਹਾ ਤਾਂ ਕਿ ਉਸ ਪਾਸੇ ਜਾਣ ਦੀ ਲੋੜ ਨਹੀਂ ਸਿੱਧੇ ਤੇ ਸਿੱਧੇ ਆਪਣਾ ਜਾਣ ਪੋਰਿੰਗ ਸਟੇਸ਼ਨ ਤੇ ਆਪਣੀ ਵੋਟ ਪਾਉਣ ਉਹ ਤੋਂ ਬਾਅਦ ਆਪਣੇ ਘਰ ਆਉਣ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਐਗਜੈਕਟਲੀ ਇਹ ਬੜਾ ਵਧੀਆ ਇਨੀਸ਼ੀਏਟਿਵ ਆ ਯੈਸ ਔਰ ਉਧਰ ਕਿਸਾਨ ਵੀ ਇਨੀਸ਼ੀਏਟਿਵ ਲੈ ਰਹੇ ਨੇ 14ਵਾਂ ਦਿਨ ਹੈ ਉਹਨਾਂ ਦਾ ਸ਼ੰਭੂ ਬਾਰਡਰ ਰੇਲਵੇ ਸਟੇਸ਼ਨ ਤੇ ਰੇਲਾ ਰੋਕਦੇ ਪਏ ਨੇ ਹੁਣ ਇਹ ਵੀ ਲੋਕਤੰਤਰ ਹੈ ਇਹ ਵੀ ਆਜ਼ਾਦੀ ਮਿਲੀ ਹੋਈ ਹੈ ਤਾਂ ਹੀ ਰੇਲਾ ਰੋਕਦੇ ਪਏ ਨੇ ਜੇ ਕਿਤੇ ਅੰਗਰੇਜ਼ਾਂ ਦਾ ਰਾਜ ਹੋਣਾ ਉਹਨਾਂ ਨੇ ਗੋਲੀ ਚਲਾ ਦੇਣੀ ਸੀ ਜ਼ਿਲ੍ਹੇ ਵਾਲਾ ਬਾਗ ਸਟੇਸ਼ਨ ਦੇ ਇੱਥੇ ਬਣਾ ਦੇਣਾ ਸੀ ਸਹੀ ਗੱਲ ਸੋ ਚੰਗਾ ਹੋਇਆ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਉਹ ਕਈ ਲੋਕ ਖਿਜੇ ਹੋਏ ਸਤੇ ਹੋਏ ਕਹਿੰਦੇ ਨੇ ਇਹਨਾਂ ਨਾਲ ਉਹ ਤੇ ਵਧੀਆ ਅੰਗਰੇਜ਼ਾਂ ਦਾ ਰਾਜ ਸੀ ਆਦਰਵਾਇਜ਼ ਗੁਲਾਮੀ ਕਦੀ ਵਧੀਆ ਨਹੀਂ ਹੁੰਦੀ ਆਪਣਾ ਰਾਜ ਵਧੀਆ ਹੁਣ ਇਹਨੂੰ ਠੀਕ ਕਿਵੇਂ ਕਰਨਾ ਇਹ ਸਾਡੀ ਰਿਸਪੌਂਸਿਬਿਲਟੀ ਹੈ 2024 ਦੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਇਹ ਠੀਕ ਕਰਨਾ ਹੈ ਹੁਣ ਕਿਸਾਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਚਾਨਣਾ ਪਾਓ ਜੀ ਤੁਸੀਂ ਜਿਹੜੇ ਦੇ ਇਨਵੈਸਟਿਸ਼ਨ ਦੇ ਉੱਤੇ ਬੈਠੇ ਨੇ ਆਪਾਂ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰੀਏ ਕਿ 75 ਸਾਲ ਹੋ ਗਏ ਆ ਉਹਦੇ ਵਿੱਚ ਅਜੇ ਤੱਕ ਅਸੀਂ ਇੱਕ ਦੂਜੇ ਦੀ ਸਮਰੱਥਾ ਇੱਕ ਦੂਜੇ ਨੂੰ ਸਹੂਲਤ ਇੱਕ ਦੂਜੇ ਦਾ ਖਿਆਲ ਰੱਖਣ ਦੇ ਯੋਗ ਨਹੀਂ ਹੋਏ ਸਾਡੇ ਆਗੂ ਔਰ ਇਹ ਮਸਲਾ ਉੱਥੇ ਦਾ ਉੱਥੇ ਅਜੇ ਟਿਕਿਆ ਪਿਆ ਔਰ ਇਸ ਮਸਲੇ ਨੂੰ ਲੈ ਕੇ ਆਪਣੀਆਂ ਮੰਗਾਂ ਆਪਣੇ ਹੱਕਾਂ ਦੀ ਜਿਹੜੀ ਪ੍ਰਵਾਨਗੀ ਜਾਂ ਲੈਣ ਲਈ ਉਹਨਾਂ ਨੇ ਆ ਕਸਾਨਾ ਨੇ ਅੰਦੋਲਨ ਕੀਤਾ ਸੀਗਾ ਉਹ ਸਾਰੇ ਦਰਸ਼ਕ ਜਾਣਦੇ ਨੇ ਕਿ ਦਿੱਲੀ ਚ ਕੀ ਕੁਝ ਹੋਇਆ ਹੁਣ ਇਹਨਾਂ ਨੇ ਫਿਰ ਉਸੇ ਤਰ੍ਹਾਂ ਵਿਸਾਖੀ ਤੋਂ ਬਾਅਦ ਇਹਨਾਂ ਨੇ ਫਿਰ ਉਹਨੂੰ ਕੰਟੀਨਿਊ ਕਰ ਲਿਆ ਲਗਾਤਾਰ ਉਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਬੈਠੇ ਨੇ ਔਰ ਉਸ ਬਾਰਡਰ ਦੇ ਉੱਤੇ ਜਾ ਕੇ ਇਹਨਾਂ ਨੇ ਕੱਲ 2000 ਤੇ ਕਰੀਬ 3000 ਰੋਕ ਲਈਆਂ ਉਹ ਗੱਡੀਆਂ ਦੇ ਵਿੱਚ ਲੋਕ ਵੈਸੇ ਤੰਗ ਹੁੰਦੇ ਆ ਸਰਕਾਰ ਤਾਂ ਆਪਣੇ ਆਪਣੇ ਖੈਮਿਆਂ 'ਚ ਬੈਠੀ ਆ ਦਿੱਲੀ ਦੇ ਤਖਤੇ 'ਤੇ ਬੈਠੇ ਆ ਉਹਨਾਂ ਨੂੰ ਇਹਨਾਂ ਦਾ ਕੋਈ ਨਹੀਂ ਹੈਗਾ ਖਿਆਲ ਔਰ ਖਿਆਲ ਲੋਕਾਂ ਨੂੰ ਜਿਹੜੇ ਵਿਚਾਰੇ ਘਰਾਂ ਦੇ ਕੰਮਾਂ ਲਈ ਜਾ ਰਹੇ ਆ ਕੋਈ ਬੱਚੇ ਇੰਟਰੂ ਲਈ ਜਾ ਰਹੇ ਆ ਕੋਈ ਬਿਮਾਰ ਨੂੰ ਵੇਖਣ ਜਾ ਰਹੇ ਆ ਕੋਈ ਕਿਸੇ ਪਾਸੇ ਜਾ ਰਹੇ ਆ ਉਹ ਸਾਰੇ ਵਿਚਾਰੇ ਫਿਰ ਰੂਟ ਬਦਲੇ ਗਏ ਇਹਨਾਂ ਟ੍ਰੇਨਾਂ ਦੇ ਦੂਜੇ ਰੂਟਾਂ ਦੇ ਰਾਹੀਂ ਜਾ ਰਹੇ ਆ ਕਈ ਕੈਂਸਲ ਹੀ ਹੋ ਗਈਆਂ ਹੁਣ ਤੱਕ ਪਾ ਲਾ ਕੇ 4443 ਜਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ ਉਦੋਂ ਤੱਕ ਹੁਣ 14 ਦਿਨ ਹੋ ਗਏ ਇਹਨਾਂ ਨੂੰ ਆਪਣੇ ਇਸ ਧਰਨੇ ਦੇ ਬੈਠਿਆਂ ਨੂੰ ਕਿਸਾਨਾਂ ਨੂੰ ਕਿਸਾਨ ਵੀ ਜੇ ਚਾਹੁੰਦੇ ਨੇ ਕਿ ਟ੍ਰੇਨਾਂ ਤੋਂ ਬਾਅਦ ਹੋਰ ਵੀ ਕਈ ਇਹਦੇ ਸੋਰਸ ਹੈਗੇ ਆ ਜਿਹੜੇ ਸਰਕਾਰ ਨੂੰ ਕੰਨਾਂ ਤੇ ਗੱਲ ਤੋਰਨ ਦੀ ਗੱਲ ਸੁਣਾਉਣ ਦੀ ਟ੍ਰੇਨਾਂ ਨਾ ਰੋਕਣ ਸੜਕਾਂ ਨਾ ਰੋਕਣ ਗੱਡੀਆਂ ਨਾ ਰੋਕਣ ਔਰ ਜਹਾਜ਼ਾਂ ਤੱਕ ਏਰੋਪਲੇਨ ਨਾ ਰੋਕਣ ਇਸ ਬਸੇ ਨਾ ਜਾਣ ਤਾਂ ਕਿ ਕਿਉਂਕਿ ਬੱਚੇ ਜਾ ਰਹੇ ਆ ਪੜ੍ਹਨ ਲਈ ਬੱਚੇ ਜਾ ਰਹੇ ਆ ਆਪਣਾ ਕੈਰੀਅਰ ਸਵਾਰਨ ਲਈ ਆਪਣਾ ਜੀਵਨ ਸੁਧਾਰਨ ਲਈ ਇਹ ਇਹਨਾਂ ਦੇ ਬੱਚੇ ਹੀ ਹੈਗੇ ਔਰ ਇਹ ਸਾਡੇ ਚੈਨਲ ਨਾਲੋਂ ਇਹਨਾਂ ਕਿਸਾਨਾਂ ਨੂੰ ਇਹ ਹੈਗੀ ਹੈ ਕੇ ਪਿਆਰ ਨਾਲ ਮੈਸੇਜ ਹੈਗਾ ਕਿ ਸਾਰਿਆਂ ਦਾ ਖਿਆਲ ਰੱਖਣ ਕਿਉਂਕਿ ਜੇ ਸਰਕਾਰ ਇਹਨਾਂ ਦੀ ਗੱਲ ਸੁਣੂਗੀ ਸਰਕਾਰ ਬਣਨ ਤੋਂ ਬਾਅਦ ਹੀ ਗੱਲ ਸੁਣੀ ਜਾਣੀ ਆ ਜੇ ਸਰਕਾਰ ਆਗੇ ਇਹਨੇ ਤੱਕੇ ਨਹੀਂ ਸੁਣੀ ਤਾਂ ਤੋਂ ਬਾਅਦ ਕੀ ਸੁਣਨੀ ਆ ਔਰ ਜੇ ਵਾਰ-ਵਾਰ ਵਾਰ ਪ੍ਰਦਰਸ਼ਨ ਨਹੀਂ ਹੋਣਗੇ ਬੜਾ ਕੁਝ ਹੋਊਗਾ ਕਿਉਂਕਿ ਆਪਣੀ ਜ਼ਮੀਨ ਬਚਾਉਣ ਲਈ ਕਿਸਾਨ ਕਰ ਰਹੇ ਆ ਉਹਨਾਂ ਦੇ ਹੱਕ ਮਾਰੇ ਜਾ ਰਹੇ ਆ ਐਮਐਸਪੀ ਅਜੇ ਤੱਕ ਦਿੱਤੀ ਨਹੀਂ ਗਈ ਕਣਕ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ ਕਣਕ ਅਜੇ ਚੁੱਕੀ ਨਹੀਂ ਜਾ ਰਹੀ ਮੀਂਹ ਵਾਰ-ਵਾਰ ਪੈ ਰਿਹਾ ਇੱਕ ਪਾਸੇ ਸਰਕਾਰਾਂ ਨਾਰਾਜ਼ ਨੇ ਦੂਜੇ ਪਾਸੇ ਸਿੰਦਰ ਦੇਵ ਤਾਂ ਵੀ ਨਾਰਾਜ਼ ਆ ਕਿਸਾਨਾਂ ਨਾਲ ਸਾਰੇ ਕਿਸਾਨਾਂ ਦੇ ਜਿਹੜੀ ਕਣਕ ਆ ਉਹ ਜਿਹੜੀ ਡਿੱਗੀ ਵੀ ਆ ਜਿਹੜੀ ਹਾਰਵੈਸਟਿੰਗ ਮਸ਼ੀਨ ਆ ਉਹ ਵੀ ਇਹਨਾਂ ਨੂੰ ਚੁੱਕਦੀ ਨਹੀਂਗੀ ਉਹ ਕੱਟਦੀ ਨਹੀਂ ਪੂਰੀ ਤਨ ਔਰ ਤੂੜੀ ਵੀ ਜਿਹੜੀ ਆ ਵੀ ਖਰਾਬ ਹੋ ਰਹੀ ਆ ਖਰਾਬ ਹੋ ਰਹੀ ਆ ਐਕਚੁਅਲੀ ਮੌਸਮ ਐਦਾਂ ਦਾ ਬਣ ਚੁੱਕਾ ਹੈ ਈਵਨ ਚਾਈਨਾ ਦੇ ਵਿੱਚ ਰਿਪੋਰਟਿੰਗ ਹੋਈ ਹੈ ਕਿ ਇਹਨੇ ਵੱਡੇ ਵੱਡੇ ਗੜੇ ਪਏ ਕਿ 3-3 4-4 ਕਿਲੋ ਦਾ ਇਕਨ ਕੜਾ ਬਹੁਤ ਦੂਰ ਏਡਾ ਜ਼ਬਰਦਸਤ ਬਈ ਤੇ ਬਾਦ ਉੱਥੇ ਪਏ ਬਹੁਤ ਔਰ ਦੁਬਈ ਦੇ ਵਿੱਚ ਕਿੰਨੀ ਹੜ ਆ ਚੁੱਕੇ ਨੇ ਮਤਲਬ ਕਮਾਲ ਹੈ ਕੁਦਰਤ ਦੇਖੋ ਕੀ ਕਰਦੀ ਪਈ ਹੈ ਜੈਸੀ ਕੁਦਰਤ ਨਾਲ ਨਾਰਾਜ਼ ਆ ਜਾਂ ਕੁਦਰਤ ਦੇ ਨਾਲ ਅਸੀਂ ਨਹੀਂ ਨੇੜਤਾ ਰੱਖਦੇ ਤੇ ਕੁਦਰਤ ਵੀ ਉਸੇ ਤਰ੍ਹਾਂ ਕਰਦੀ ਹੈ ਜੋ ਮਨੁੱਖ ਕਰ ਰਿਹਾ ਉਦਾਹਰਣ ਦੇਖੋ ਕੋਈ ਸ਼ੀਲਡ ਜਿਹੜੀ ਵੈਕਸੀਨ ਹੈ ਉਹ ਨਾਲ ਜੁੜੀ ਹੋਈ ਕੰਪਨੀ ਹੈ ਜੋ ਇਹ ਪ੍ਰੋਡਿਊਸ ਕਰਦੀ ਹੈ ਕੋਵੀ ਸ਼ੀਲਡ ਦਵਾਈ ਬਣਾਉਂਦੀ ਹੈ ਜੋ ਕਰੋਨਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਹੈ ਕੰਪਨੀ ਨੇ ਮੰਨਿਆ ਕਿ ਇਸ ਦਵਾਈ ਦੇ ਪ੍ਰਯੋਗ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਤੇ ਬ੍ਰੇਨ ਸਟ੍ਰੋਕ ਵੀ ਆ ਸਕਦਾ ਹੈ ਇਹਦੇ ਸਾਈਡ ਇਫੈਕਟਸ ਨੇ ਹੁਣ ਇਦਾਂ ਦੀ ਦਵਾਈ ਤੁਸੀਂ ਬੂਸਟਰ ਡੋਸ ਦਿੰਦੇ ਹੋ ਕੋਰੋਨਾ ਤੋਂ ਬਚਾਉਣ ਵਾਸਤੇ ਪਰ ਉਹਦਾ ਸਾਈਡ ਇਫੈਕਟ ਇਹ ਹੈ ਕਿ ਦਿਲ ਦਾ ਦੌਰਾ ਪਾਏਗਾ ਬ੍ਰੇਨ ਸਟ੍ਰੋਕ ਆਏਗਾ ਇੱਕ ਕੰਪਨੀ ਖੁਦ ਮੰਦੀ ਪਈ ਜੋ ਪ੍ਰੋਡਿਊਸ ਕਰਦੀ ਹੈ ਹੁਣ ਦੱਸੋ ਇੱਕ ਮੈਡੀਕਲ ਸਾਇੰਸ ਕਿੱਧਰ ਜਾ ਰਹੀ ਹੈ ਇੱਕ ਕੰਪਨੀ ਆਕਸਫੋਰਡ ਕੰਪਨੀ ਜਿਹਨੇ ਇਹ ਵੈਕਸੀਨ ਬਣਾਏ ਹਨ ਅ ਜਦੋਂ ਕੋਰੋਨਾ ਆਇਆ ਸੀ ਸਾਰਿਆਂ ਨੂੰ ਲਾਉਣੇ ਪਏ ਔਰ ਉਹ ਪੁਨੇ ਦੀ ਵੀ ਪੁਨੇ ਵੀ ਬਣਦੇ ਰਏ ਆਪਣੇ ਔਰ ਉਹ ਚ ਟੈਬਲੇਟ ਵੀ ਗਈਆਂ ਅਮਰੀਕਾ ਚ ਵੀ ਗਈਆਂ ਬਲਿਜੀਸ਼ਨ ਚ ਵੀ ਗਈਆਂ ਜਿਨ੍ਹਾਂ ਨੇ ਵੈਕਸੀਨੇਸ਼ਨ ਲਵਾਈ ਆ ਉਹਨਾਂ ਨੂੰ ਇਹ ਖਤਰਾ ਕਿ ਉਹਨਾਂ ਤੇ ਇਹ ਕਦੇ ਵੀ ਅਟੈਕ ਹੋ ਸਕਦਾ ਇਹਦਾ ਬਲੱਡ ਜਿਹੜਾ ਗਾੜਾ ਹੋ ਜਾਊਗਾ ਔਰ ਉਹਦੇ ਵਿੱਚ ਖੂਨ ਦਾ ਠੱਕਾ ਵੱਜੂਗਾ ਜਿਹਨੂੰ ਬਲੱਡ ਪ੍ਰੈਸ਼ਰ ਦਾ ਕਹਿੰਦੇ ਆਪਾਂ ਜਿਸ ਦੇ ਵਿੱਚ ਉਦੋਂ ਬਾਅਦ ਜਿਹੜਾ ਬ੍ਰੇਨ ਹੈਮਰੇਜ ਵੀ ਹੋ ਸਕਦਾ ਔਰ ਇਦਾਂ ਦੀਆਂ ਬਿਮਾਰੀਆਂ ਇਹਦੇ ਵਿੱਚ 81 81 ਲੋਕ ਇੰਗਲੈਂਡ ਚ ਮਾਰੇ ਗਏ ਜਨਨ ਨੂੰ ਇਹ ਪ੍ਰੋਬਲਮ ਬਈ ਇੱਕ ਨੇ ਫਿਰ ਕੋਰਟ ਚ ਇਹ ਕੇਸ ਕੀਤਾ ਸੀਗਾ ਕਿ ਮਾਅਬਜਾ ਦਿੱਤਾ ਜਾਵੇ ਮੈਂ ਖੁਦ ਇਹਦੇ ਤੇ ਬਿਮਾਰੀ ਦਾ ਸ਼ਿਕਾਰ ਰਿਆਂ ਮੇਰੇ ਤੇ ਅਟੈਕ ਹੋਇਆ ਸੀ ਬਿਮਾਰੀ ਦਾ ਫਿਰ ਮੈਂ ਥੋੜਾ ਬਹੁਤ ਤਰੀਕੇ ਨਾਲ ਬਚ ਗਿਆ ਔਰ ਮੈਨੂੰ ਮੁਆਵਜਾ ਦਿੱਤਾ ਜਾਵੇ ਬਹੁਤ ਲੋਕਾਂ ਨੇ ਕੰਪਨੀ ਤੋਂ ਮੁਆਵਜਾ ਲੈਣ ਲਈ ਆਪਣਾ ਕੋਰਟ ਵਿੱਚ ਕੇਸ ਦਾਇਰ ਕਰ ਦਿੱਤਾ ਇਹ ਚਾਰੇ ਪਾਸੇ ਜਿੱਦਾਂ ਦੀ ਹਾਲਤ ਹੋਈ ਹੈ ਔਰ ਉਹਨਾਂ ਨੇ ਇਹ ਕਹਿਤਾ ਕਿ ਪੱਕੇ ਤੌਰ ਤੇ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਇਹਦਾ ਮਤਲਬ ਹੋ ਸਕਦਾ ਕਿਹਾ ਉਹਨਾਂ ਨੇ ਔਰ ਕੰਪਨੀ ਖੁਦ ਮੰਨਦੀ ਹੈ ਤੇ ਮੈਡੀਕਲ ਜਿਹੜਾ WHO ਉਹਦੇ ਕੋ ਵੀ ਕੇਸ ਚਲੇ ਗਿਆ ਉਹ ਵੀ ਇਹਦੇ ਬਾਰੇ ਤਬਦੀਸ਼ ਕਰਨਗੇ ਪੜਤਾਲ ਕਰਨਗੇ ਔਰ ਪਹਿਲੋਂ ਇਹਨਾਂ ਨੂੰ ਵੇਖਣਾ ਚਾਹੀਦਾ ਸੀ ਸਾਰੇ ਲੋਕ ਕਹਿੰਦੇ ਜਦੋਂ ਤੁਸੀਂ ਲਾਏ ਦੇ ਦੇ ਜਿਹੜੇ ਬੈਡ ਇਫੈਕਟ ਹੋ ਉਹ ਤਾਂ ਦੱਸੋ ਕੀ ਹੈਗਾ ਸੀਗਾ ਜਦੋਂ ਅਸੀਂ ਕੋਈ ਟੈਬਲੇਟ ਲੈਨੇ ਆ ਕੋਈ ਇੰਜੈਕਸ਼ਨ ਲਵਾਉਨੇ ਆ ਹਨਾ ਜੋ ਅਸੀਂ ਉਹ ਦਵਾਈ ਪੀਨੇ ਆ ਉਹਦੇ ਵਿੱਚ ਬੈਡ ਇਫੈਕਟ ਜਾਂ ਉਹਦੇ ਤੇ ਸਾਈਡ ਇਫੈਕਟ ਰੱਖਿਆ ਜਾਂਦਾ ਵੀ ਕੀ ਹੁੰਦਾ ਔਰ ਹਰ ਦਵਾਈ ਦੇ ਵਿੱਚ ਕੋਈ ਨਾ ਕੋਈ ਜਿਹੜਾ ਡਰੱਗਸ ਹੈਗੇ ਓਪੀਮ ਵੀ ਆ, ਐਲਕੋਹਲ ਵੀ ਆ, ਸਾਰਾ ਕੁਝ ਹੈਗਾ ਜਿਹਨੂੰ ਪੇਨ ਕਿਲਰ ਕਹਿੰਦੇ ਆ। ਉਹ ਦਵਾਈਆਂ ਵਿੱਚ ਵੀ ਆ ਜਿਹੜੀ ਨੈਸ਼ਨਲ ਇੰਡੀਆ ਮੈਡੀਕਲ ਕੌਂਸਲ ਆ। ਉਸ ਕੋ ਵੀ ਇਹ ਖਬਰ ਪਹੁੰਚ ਗਈ ਆ। ਔਰ ਹੁਣ ਇਹ ਕਹਿ ਰਿਹਾ ਕਿ ਉਹ ਜਿਹੜਾ ਹੁਣ ਹੋਏਗਾ ਜਿੱਤੇ ਅਟੈਕ ਹੋਗਾ ਦਾ ਤਬਦੀਸ਼ ਹੋਊਗਾ ਪੂਰੀ ਤਰ੍ਹਾਂ ਡਾਕਟਰ ਮਾਇਨਾ ਕਰਨਗੇ ਕਿ ਵਾਕਿਆ ਹੀ ਉਹਨਾਂ ਨੂੰ ਇਹ ਇਫੈਕਟ ਹੋਇਆ। ਕਿਉਂਕਿ ਅਜੇ ਕੋਵਿਡ ਤੋਂ ਗਏ ਨੂੰ ਬਹਾਵਾ देर ਹੋ ਗਈ ਆ। ਅਜੇ ਤੱਕ ਇੰਡੀਆ 'ਚ ਤਾਂ ਜੇ ਥੋੜਾ ਬਹੁਤ ਹਰਾਮ ਆ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਔਰ ਇੱਕ ਦੋ ਕੇਸ ਹੋਏ ਹੋਣਗੇ ਉਹਨਾਂ ਦਾ ਨਜ ਤਬਦੀਸ਼ ਪੂਰੀ ਤਰ੍ਹਾਂ ਇਹਨਾਂ ਵੇ ਸਾਰੇ ਪਾਸੇ ਹੈਗੇ ਆ ਔਰ ਉਹ ਉਹਨਾਂ ਨੂੰ ਇਹਦੇ ਨਾਲ ਲਾਇਆ ਵੀ ਕੋਵਿਡ ਦਾ ਜਿਹੜਾ ਟੀਕਾ ਲੱਗਿਆ ਸੀਗਾ ਇੰਜੈਕਸ਼ਨ ਲੱਗਿਆ ਸੀ ਵੈਕਸੀਨ ਸ਼ਾ ਲੱਗਿਆ ਸੀ ਉਹਦਾ ਬੈਡ ਅਫੈਕਟ ਹੈਗਾ ਇਹ ਤੇ ਥੋੜੀ ਜੀ ਤਾੜਨਾ ਨਾਲ ਲੋਕਾਂ ਨੂੰ ਚਰਨਾ ਚਾਹੀਦਾ ਚਰਨਾ ਚਾਹੀਦਾ ਜੀ ਬਿਲਕੁਲ ਔਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮਿਲ ਯੂ ਐਸ اے ਟੀਵੀ ਸਬਸਕ੍ਰਾਈਬ ਕਰੋ ਬਲਕਾ ਜੀ ਚੱਲੀ ਜ਼ਰੂਰ ਜੀ ਸਤਿ ਸ਼੍ਰੀ ਅਕਾਲ